ਮੇਰੇ ਅੱਖੀ ਕੰਨ ਦੇਖੋ ਮੇਰੇ ਦੇ ਸਦਾ ਸ਼ਲੈ ਪਾ ਮੇਰੇ ਅੱਖੀ ਕੰਨ ਦੇਖ ਮੇਰੇ ਦੇਸ਼ ਦਾ ਸ਼ਲੈਪਾ ਮੇਰੀ ਅੱਖੀ ਕੰਨੇ ਦੇਖ। ਦੋਸਤੋ ਤੁਸੀਂ ਦਿਖਾ ਕਰਦੇ ਦੈਨਿਕ ਸਟੇਟ ਸਮਾਚਾਰ, ਆਉਂ ਹੈ ਪ੍ਰਵੀਨ ਸ਼ਰਮਾ। ਅਤੇ ਦੋਸਤੋ ਸਾਡੇ ਚੈਨਲ ਦਾ ਪ੍ਰਯਾਸ ਹੈ ਕਿ ਆਪਣੇ ਚੈਨਲ ਦੇ ਆਪਣੇ ਕੈਮਰੇ ਦੀ ਅੱਖੀ ਰਾਹੀਂ ਜਿਹੜਾ ਸਾਡਾ ਡੁੱਗਰ ਦੇਸ਼ਾਂ ਦਾ ਸ਼ਲੈਪਾ ਉਹ ਤੁਹਾਡੇ ਤੱਕ ਪਹੁੰਚਾਉਣ ਦਾ ਪ੍ਰਯਾਸ ਕਰਦਾ। ਮੇਰੇ ਪਿੱਛੇ ਸੁੰਦਰ ਸੁੰਦਰ ਪਹਾੜ ਦਿਖਾ ਕਰਦੇ ਹੋ, ਤੁਸੀਂ ਸਮਝੀਏ ਕਿ ਅੱਜ ਸ਼ਲੈਪਾ ਸੱਚਮੁੱਚ ਕੋਈ ਪਹਾੜੀ ਖੇਤਰ ਦਾ ਹੈ। ਔਰ ਇਹ ਸ਼ਲੈਪਾ ਜਿਹੜਾ ਹੈ ਇਹ ਸਾਡੀ ਉਧਮਪੁਰ ਜ਼ਿਲ੍ਹੇ ਦੇ ਅੰਤਰਗਤ ਆਉਣ ਵਾਲੀ ਚਨੈਣੀ ਤਹਿਸੀਲ ਦੇ ਅੰਤਰਗਤ ਇੱਕ ਬੜਾ ਪ੍ਰਸਿੱਧ ਤੀਰਥ ਸਥਲ ਹੈ, ਉਹ ਹੈ ਸੁੱਧ ਮਹਾਦੇਵ। ਅਤੇ ਸੁੱਧ ਮਹਾਦੇਵ 'ਚ ਅੱਜ ਮੇਲਾ ਲੱਗੇਗਾ। ਮੇਲੇ ਦੀ ਜਿਹੜੀ ਸੰਸਕ੍ਰਿਤਿਕ ਧਰੋਹਰ ਹੈ ਉਹ ਤੁਹਾਡੇ ਤੱਕ ਪਹੁੰਚਾਉਣ ਦਾ ਪ੍ਰਯਾਸ ਕਰਨਾ। ਅਤੇ ਆਫ ਹੀ ਚੱਲਦੇ ਹਾਂ ਸੁੱਧ ਮਹਾਦੇਵ। ਮੇਰੇ ਅੱਖੀ ਕੰਨ ਦੇਖੋ ਮੇਰੇ ਦੇਸ਼ ਦਾ ਸ਼ਲੈਪਾ ਮੇਰੀ। ਦੋਸਤੋ ਮੇਰੇ ਦੇਸ਼ ਦਾ ਸ਼ਲੈਪਾ ਤਾਂ ਕਿ ਸ਼ੈਲ ਸਜਦਾ ਹੈ ਜੇ ਅਸ ਸਾਡੇ ਡੁੱਗਰ ਪ੍ਰਦੇਸ਼ ਦੇ ਤੀਜ ਤਿਉਹਾਰ ਮੇਲੇ ਤੁਹਾਡੇ ਕੰਨੇ ਸਾਂਝਾ ਕਰਚਾ ਹੈ। ਅਤੇ ਅੱਜ ਅਸ ਦੇਖਿਆ ਕਰਨਾ ਭਾਈ ਸੁੱਧੀ ਦਾ ਮੇਲਾ ਲੱਗੇਦਾ ਚਨੈਣੀ ਤਹਿਸੀਲ ਦੇ ਅੰਤਰਗਤ ਸੁੱਧ ਮਹਾਦੇਵ 'ਚ। ਅਤੇ ਮੇਲੇ ਦਾ ਰੰਗ ਜਿਹੜਾ ਅਸ ਦੇਖਿਆ ਕਰਨਾ ਭਾਈ ਦੇਸੀ ਭਮੂੜੇ ਇਆਂ ਤੁਸੀਂ ਦੇਖਣਾ ਕਿ ਵੱਡੇ ਵੱਡੇ ਜਿਹੜੇ ਦੂਏ ਮੇਲੇ ਹੁੰਦੇ ਨੇ ਜਾਂ ਜਿਹੜੇ ਅਸ ਕੁਦੈ ਸ਼ਹਿਰਾਂ ਵਾਲੀ ਪੱਖੀ ਜਾਚੇ ਅਤੇ ਵੱਡੇ ਝੂਲੇ ਲੱਗੇ ਦੇ ਹੁੰਦੇ ਨੇ, ਪਰ ਇੱਥੇ ਦੇਸੀ ਢੰਗ ਕਰਨੇ ਉਹ ਲੱਕੜੀ ਦਾ ਫਰੇਮ ਦੇ ਉੱਪਰ ਝੂਲਾ ਲੱਗੇਦਾ। ਇਸ ਝੂਲੇ ਦੀ ਆਪਣੀ ਰੰਗਤ ਹੈ, ਲੋਕ ਆਈ ਹੈ ਇੱਥੇ ਆਪਣੇ ਝੂਟੇ ਲੈਂਦੇ ਨੇ, ਬੱਚੇ ਮੌਜਾਂ ਲੈਂਦੇ ਨੇ ਔਰ ਮੇਲੇ ਦਾ ਰੰਗ ਭਖੇਦਾ। ਅਤੇ ਅੱਜ ਮੇਲੇ ਦਾ ਰੰਗ ਵੀ ਤੁਹਾਡੇ ਤੱਕ ਪਹੁੰਚਾਉਣ ਦਾ ਪ੍ਰਯਾਸ ਕਰਿਆ ਕਰਨੇ ਆ। ਮੰਦਰ ਵੀ ਮੱਥਾ ਟੇਕਣੇ ਆ ਅਤੇ ਕੰਨੇ ਇੱਥੋਂ ਦੇ ਲੋਕਾਂ ਕੰਨੇ ਗੱਲਕੱਥ ਕਰੀਏ, ਜਿਹੜੀ ਸਾਡੀ ਸੰਸਕ੍ਰਿਤਿਕ ਧਰੋਹਰ ਹੈ ਉਹ ਤੁਹਾਡੇ ਤੱਕ ਪਹੁੰਚਾਉਣ ਦਾ ਪ੍ਰਯਾਸ ਕਰਨੇ। ਦੋਸਤੋ ਜੰਮੂ ਪ੍ਰਾਂਤ ਦੇ ਵਿੱਚ ਬਾਬਾ ਭੋਲੇ ਦਾ ਪ੍ਰਸਿੱਧ ਪ੍ਰਾਚੀਨ ਮੰਦਰ ਹੈ, ਇਹ ਹੈ ਸੁੱਧ ਮਹਾਦੇਵ ਮੰਦਰ। ਸੁੱਧ ਮਹਾਦੇਵ ਮੰਦਰ ਉਹ ਮੰਦਰ ਹੈ ਜਿੱਥੇ ਸਾਕਸ਼ਾਤ ਪ੍ਰਾਚੀਨ ਬਾਬਾ ਭੋਲੇ ਨਾਥ ਦਾ ਜਿਹੜਾ ਤ੍ਰਿਸ਼ੂਲ ਪੈਦਾ ਹੈ ਔਰ ਕੰਨੇ ਗਿਆ ਬਾਬਾ ਭੋਲੇ ਨਾਥ ਦੀ ਜਿਹੜੀ ਇੱਥੇ ਅਸ ਦੇਖਣਾ ਵੇ ਸਹਿ ਪਰਿਵਾਰ ਮੂਰਤੀ ਲੱਗੀ ਸਥਾਪਿਤ ਹੋਈ ਦੀ ਹੈ। ਉਹ ਮੂਰਤੀ ਵੀ ਬੜੀ ਪ੍ਰਾਚੀਨ ਹੈ, ਕੁਛ ਕਿਸਾਨ ਗੀ ਹੱਲ ਜੋਧੇ ਹੋਈ ਮਿਲੀ ਜਿਹਦੇ ਵਿੱਚ ਅੱਜ ਵੀ ਉਹ ਹੱਲ ਦਾ ਨਿਸ਼ਾਨ ਜਿਹੜਾ ਉਹ ਲੱਭਦਾ ਹੈ। ਅੱਜ ਮੇਲਾ ਲੱਗੇਦਾ, ਉਸ ਮੇਲੇ ਦੇ ਵਿੱਚ ਅਸ ਬਾਬਾ ਭੋਲੇ ਦੇ ਦਰਸ਼ਨ ਤੁਹਾਨੂੰ ਕਰਵਾਉਂਦੇ ਹਾਂ। ਕਹਿੰਦੇ ਇੱਥੇ ਸੰਸਕ੍ਰਿਤਿਕ ਅਨਮੁੱਲੇ ਜਿਹੜੇ ਨੇ ਖਾਸ ਕਰਕੇ ਮੇਲੇ ਦੇ ਰੰਗ ਉਹ ਵੀ ਤੁਹਾਡੇ ਤੱਕ ਪਹੁੰਚਾਉਣ ਦਾ ਪ੍ਰਯਾਸ ਕਰਨਾ। ਅਤੇ ਹੁਣ ਮੇਲੇ 'ਚ ਪਹਿਲੇ ਤਾਂ ਮੱਥਾ ਟੇਕਣਾ ਬਾਬਾ ਭੋਲੇ ਦਾ, ਉਸ ਪ੍ਰਾਚੀਨ ਤ੍ਰਿਸ਼ੂਲ ਦੇ ਦਰਸ਼ਨ ਕਰਵਾਉਂਦੇ ਹਾਂ, ਬਾਬਾ ਭੋਲੇ ਦੇ ਦਰਸ਼ਨ ਕਰਵਾਈ, ਫਿਰ ਇੱਥੋਂ ਦੀ ਹੋਰ ਸੰਸਕ੍ਰਿਤੀ ਤੁਹਾਡੇ ਤੱਕ ਪਹੁੰਚਾਉਣ ਦਾ ਪ੍ਰਯਾਸ ਕਰਨਾ। ਦਰਸ਼ਕੋ ਇਹ ਮੁੱਖ ਦੁਆਰ ਹੈ ਜਿਸ ਦੁਆਰ ਦੇ ਵਿੱਚ ਲੋਕ ਕਤਾਰਬੱਧ ਤਰੀਕੇ ਦੇ ਵਿੱਚ ਬਾਬਾ ਭੋਲੇ ਦੀ ਉਹ ਪ੍ਰਾਚੀਨ ਪ੍ਰਤਿਮਾ ਦੇ ਦਰਸ਼ਨ ਕਰਨ ਵਾਸਤੇ ਕਤਾਰ 'ਚ ਲੱਗੇ ਦਿਨ ਆਪਣੀ ਆਸਥਾ ਦੇ ਮਾਧਿਅਮ ਕਰਨੇ ਲੋਕ ਦਰਸ਼ਨ ਕਰੀ। ਲੋਕੇ ਵੀ ਜਿੰਨੇ ਵੀ ਦਰਸ਼ਨ ਕਰਾ ਕਰਦੇ ਹੁੰਦੇ ਉਹਦੀ ਆਸਥਾ ਤੁਸੀਂ ਦੇਖਿਆ ਕਰਦੇ ਹੋ। ਮੁੱਖੇ ਤਾਂ ਲੋਕ ਜਿਹੜੇ ਨੇ ਬੜੀ ਦੂਰ ਦੂਰ ਦਾ ਆਵਾਦ ਨੇ। ਅੱਜ ਖਾਲੀ ਸਿਰਫ ਉਧਮਪੁਰ ਜ਼ਿਲ੍ਹਾ ਨਹੀਂ, ਅੱਜ ਪੂਰੇ ਜੰਮੂ ਪ੍ਰਾਂਤ ਦੇ ਲੋਕ ਜਿਹੜੇ ਇੱਥੇ ਆਈ ਹੈ ਬਾਬਾ ਭੋਲੇ ਦੇ ਦਰਸ਼ਨ ਕਰਦੇ ਨੇ ਔਰ
ਬਾਬਾ ਬੋਲੇ ਦਾ ਉਹ ਪ੍ਰਾਚੀਨ ਤ੍ਰਿਸ਼ੂਲ ਵੀ ਇਸ ਤੌਰ ਤੱਕ ਪਹੁੰਚਾਉਣ ਦੇ ਪ੍ਰਯਾਸ ਕਰਨਾ ਜਿਸ ਤ੍ਰਿਸ਼ੂਲ ਕੰਨੇ ਸੁਧਾਂਤ ਨਾਂ ਦੇ ਰਾਕਸ਼ਸ ਦਾ ਵੱਧ ਕੀਤਾ ਗਿਆ ਔਰ ਮਾਤਾ ਗੌਰਾਂ ਸੱਚਮੁੱਚ ਉਹਨੇ ਘੋਰ ਤਪੱਸਿਆ ਕਰੀ ਬਾਬਾ ਬੋਲੇ ਕਿ ਪਤੀ ਰੂਪ 'ਚ ਭਾਣੇ ਦਾ ਪ੍ਰਣ ਵੀ ਇਸ ਥਾਂ ਪਰ ਮਿਲਿਆ। ਇਹਦੇ ਕੰਨੇ ਕੁ ਮਾਨਤਲਾਈ ਹੈ ਜਿੱਥੇ ਉਹ ਪ੍ਰਣੇ ਸੂਤਰ 'ਚ ਬੰਦੇ ਔਰ ਪਿੱਛੇ ਹੈ ਗੌਰੀ ਕੁੰਡ ਜਿੱਥੇ ਮਾਤਾ ਨੇ ਘੋਰ ਤਪੱਸਿਆ ਕਰੀ ਹੈ ਭਗਵਾਨ ਬੋਲੇ ਨਾਥ ਕੀ ਪਤੀ ਰੂਪ 'ਚ ਪਾਇਆ। ਦੋਸਤੋ ਇਹ ਪ੍ਰਾਚੀਨ ਜਿਹੜਾ ਸ਼ਿਵ ਪਰਿਵਾਰ ਦੀ ਮੂਰਤੀ ਅਸੀਂ ਦੇਖਿਆ ਕਰਦੇ ਹਾਂ। ਇੱਕ ਕਿਸਾਨ ਗਈ ਹੱਲ ਜੋਤਦੇ ਸਮੇਂ ਲੱਭੀ ਔਰ ਇਹਦੇ ਵਿੱਚ ਆਖਦੇ ਵੀ ਜਿਹੜਾ ਹੱਲ ਦਾ ਜ਼ਖਮ ਹੋਇਆ ਉਸ ਜ਼ਖਮ ਦੇ ਨਿਸ਼ਾਨ ਵੀ ਹਨ ਪਰ ਅਸੀਂ ਉਸ ਮੂਰਤੀ ਦੱਸ ਨਹੀਂ ਸਕਦੇ। ਪੁਜਾਰੀ ਅਗਰ ਦੱਸ ਸਕਦੇ ਨੇ ਤਾਂ ਮੈਂ ਪੁੱਛਣਾ ਪਰ ਇਹ ਮੂਰਤੀ ਬੜੀ ਪ੍ਰਾਚੀਨ ਮੂਰਤੀ ਹੈ ਔਰ ਬਾਬਾ ਬੋਲੇ ਦੇ ਸਾਕਸ਼ਾਤ ਇੱਥੇ ਜਿਹੜੀ ਮੂਰਤੀ ਸਥਾਪਿਤ ਹੋਈ ਹੈ। ਬੜੇ ਲੱਖਾਂ ਦੀ ਤਾਦਾਦ 'ਚ ਲੋਕ ਆਈ ਹੈ ਮੱਥਾ ਟੇਕਦੇ ਨੇ। ਜੰਮੂ ਪ੍ਰਾਂਤ ਦੇ ਵਿੱਚ ਅਗਰ ਦੇਖਿਆ ਜਾ ਤਾਂ ਸਭ ਤੋਂ ਵੱਡਾ ਜਿਹੜਾ ਦੇਵਾਲਿਆ ਹੈ ਸ਼ਿਵਾਲਿਆ ਹੈ ਉਹ ਸੁਧਮਾ ਦੇਵ ਦਾ ਸ਼ਿਵਾਲਿਆ ਹੈ। ਅਤੇ ਪੰਡਿਤ ਜੀ ਕੋਲੋਂ ਪੁੱਛਣਾ ਪੰਡਿਤ ਜੀ ਕਿੰਨਾ ਪ੍ਰਾਚੀਨ ਮੰਦਰ ਹੈ? ਜੇ ਲਗਭਗ 2000-3000 ਪੁਰਾਣਾ ਪ੍ਰਾਚੀਨ ਮੰਦਰ ਹੈ। ਮੰਦਰ ਜੋ ਹੈ 2000-3000 ਪ੍ਰਾਚੀਨ ਮੰਦਰ ਹੈ ਔਰ ਇਸ ਮੰਦਰ ਕਾ ਮੇਨ ਨਾਮ ਜੋ ਹੈ ਵੋ ਸੁਧ ਮਹਾਦੇਵ ਜੀ ਹੈ। ਸੁਧ ਮਹਾਦੇਵ ਜੋ ਨਾਮ ਇਨਕਾ ਪੜਾ ਇਨਕੋ ਸ਼ੁਧਾਂਤ ਨਾਮਕ ਇੱਕ ਰਾਕਸ਼ਸ ਹੁਆ ਜਿਸਕਾ ਵਧ ਮਹਾਦੇਵ ਜੀ ਨੇ ਆਪਣੇ ਤ੍ਰਿਸ਼ੂਲ ਕੇ ਸਾਥ ਕੈਲਾਸ਼ ਜਬ ਫੈਂਕਾ ਤੋ ਉਸਕਾ ਵਧ ਹੁਆ ਔਰ ਜਹਾਂ ਪੇ ਆਪ ਦੇਖ ਸਕਤੇ ਹੈ ਬਾਹਰ ਜੋ ਹੈ ਤ੍ਰਿਸ਼ੂਲ ਲਗਾ ਹੁਆ ਉਸਕੇ ਸਾਥ ਹੀ ਆਜ ਜੋ ਹੈ ਆਪ ਦੇਖ ਰਹੇ ਹੈ ਬੜੀ ਅਨੰਤ ਸੰਖਿਆ ਮੇਂ ਸ਼ਰਧਾਲੂਗਣ ਜੋ ਹੈ ਭਗਵਾਨ ਕੇ ਦਰਸ਼ਨ ਕਰਨ ਕੇ ਲੀਏ ਆਏ ਹੈ ਔਰ ਜੇ ਜੋ ਆਪ ਦੇਖ ਰਹੇ ਹੋ ਪ੍ਰਤਿਮਾ ਪਾਰਵਤੀ ਔਰ ਸ਼ੰਕਰ ਭਗਵਾਨ ਕੀ ਜੇ ਸਾਕਸ਼ਾਤ ਯਹਾਂ ਪੇ ਵਿਰਾਜਮਾਨ ਹੈ ਜੇ ਵੀ ਬਹੁਤ ਪ੍ਰਾਚੀਨ ਹੈ ਔਰ ਵੋ ਜੋ ਸਾਥ ਮੇਂ ਸ਼ਿਵਲਿੰਗ ਹੈ ਵੋ ਪ੍ਰਾਚੀਨ ਸ਼ਿਵਲਿੰਗ ਹੈ ਜਿਸਕੀ ਪੂਜਾ ਸਵਯਂ ਮਾਤਾ ਪਾਰਵਤੀ ਕਰਤੀ ਸੀ। ਕਿਸਾਨ ਕੋ ਕਿਸੀ ਖੇਤ ਮੇਂ ਹਲ ਜੋਤੇ ਹੋਏ ਮਿਲੀ ਥੀ ਇਹ ਵਹੀ ਹਾਂਜੀ ਹਾਂਜੀ ਵਹੀ ਹੈ ਜਬ ਕਿਸਾਨ ਜੋ ਥਾ ਵੋ ਹਲ ਜੋਤ ਰਹਾ ਥਾ ਤੋ ਹਲ ਜੋਤਤੇ ਸਮੇਂ ਤੋ ਉਸਕੀ ਜਬ ਹਲ ਜੋ ਹੈ ਉਸਕੀ ਹਲ ਜਬ ਲਗੀ ਤੋ ਖੂਨ ਚਲਨੇ ਲਗਾ ਤੋ ਫਿਰ ਜੇ ਮੂਰਤੀ ਰੂਪ ਮੇਂ ਪ੍ਰਗਟ ਹੋਏ ਤੋ ਇਸਕੇ ਸਾਥ ਹੀ ਆਜ ਤੱਕ ਜੇ ਮਾਨਤਾ ਜੋ ਹੈ ਚਲਤੀ ਆ ਰਹੀ ਹੈ। ਬੋਲੀਏ ਸ਼ੰਕਰ ਭਗਵਾਨ ਕੀ ਜੈ। ਸੱਚਮੁੱਚ ਦਰਸ਼ਕੋ ਕੇ ਇਹ ਪ੍ਰਾਚੀਨ ਜਿਹੜੀ ਦੁਰਲਭ ਆਪ ਸ਼ੰਭੂ ਪ੍ਰਤਿਮਾ ਹੈ ਸ਼ਿਵ ਪੂਰਬ ਸ਼ਿਵ ਪਾਰਵਤੀ ਮਾਤਾ ਦੋਨੋਂ ਹੈ ਔਰ ਕੰਨੇ ਗਏ ਜਿਹੜਾ ਅਸੀਂ ਦੇਖਿਆ ਕਰਨਾ ਹੈ ਕਿ ਸ਼ਿਵਲਿੰਗ ਵੀ ਆਪ ਪ੍ਰਾਚੀਨ ਜਿਹੜਾ ਲੱਗੇਦਾ ਹੈ। ਇਹ ਦਰਸ਼ਨ ਤੁਹਾਡੇ ਤੱਕ ਅਸ ਪਜਾਣ ਦਾ ਪ੍ਰਯਾਸ ਕਰਿਆ ਕਰਨਾ ਹੈ। ਜਿਹੜੇ ਲੋਕ ਘਰ ਬੈਠੇ ਵੀ ਬਾਬਾ ਬੋਲੇ ਦੇ ਦਰਸ਼ਨ ਕਰਨਾ ਚਾਹੁੰਦੇ ਨੇ ਉਹਦੇ ਵਾਸਤੇ ਇਹ ਵਿਵਸਥਾ ਅਸੀਂ ਕੀਤੀ ਦੀ ਹੈ ਅਤੇ ਸਾਰੇ ਘਰ ਬੈਠੇ ਵੀ ਬਾਬਾ ਜੀ ਦੇ ਦਰਸ਼ਨ ਕਰਨੇ ਹੈ ਔਰ ਅਸ ਤੁਹਾਡੇ ਤੱਕ ਇਹ ਪਜਾਣ ਦਾ ਪ੍ਰਯਾਸ ਕਰਿਆ ਕਰਨਾ ਹੈ। ਦੋਸਤੋ ਇਹ ਪ੍ਰਾਚੀਨ ਤ੍ਰਿਸ਼ੂਲ ਜਿਹਦੀ ਅਸੀਂ ਗੱਲ ਕਰਿਆ ਕਰਨੇ ਹਾਂ ਉਹ ਪ੍ਰਾਚੀਨ ਤ੍ਰਿਸ਼ੂਲ ਅਸੀਂ ਦਿਖਾ ਕਰਨੇ ਹਾਂ। ਇਹਦੀ ਧਾਤੂ ਦਾ ਨਹੀਂ ਪਤਾ ਲੱਗੀ ਸਕਿਆ ਔਰ ਇਹਦੇ ਪਰ ਲਿਖੀ ਦੀ ਲਿਪੀ ਦਾ ਵੀ ਅੱਜ ਤੱਕ ਤੁਸੀਂ ਗਿਆਨ ਨਹੀਂ ਹੋਇਆ ਵੀ ਕੀ ਲਿਖਦਾ ਹੈ। ਸੱਚਮੁੱਚ ਇਹ ਤ੍ਰਿਸ਼ੂਲ ਜਿਹੜਾ ਬਾਬਾ ਬੋਲੇ ਨੇ ਕੈਲਾਸ਼ 'ਚ ਛੱਡਿਆ ਅਤੇ ਉਹ ਸੁਧੰਤ ਨਾਂ ਦੇ ਰਾਕਸ਼ਸ ਦਾ ਵੱਧ ਕੀਤਾ। ਜਿਹੜਾ ਵੱਧ ਕੀਤਾ ਤਾਂ ਇਸ ਤ੍ਰਿਸ਼ੂਲ ਹੀ ਅਸੀਂ ਦੇਖਣਾ ਇੱਕ ਖੰਡਿਤ ਵੀ ਹੋਏਗਾ ਔਰ ਪਰ ਤ੍ਰਿਸ਼ੂਲ ਇੱਥੇ ਸਥਾਪਿਤ ਹੋਇਆ। ਇੱਥੇ ਤ੍ਰਿਸ਼ੂਲ ਸਥਾਪਿਤ ਹੋਣ ਦਾ ਜਿਹੜਾ ਸਾਕਸ਼ਾਤ ਅਸੀਂ ਦਿਖਾ ਕਰਨੇ ਹਾਂ ਬਾਬਾ ਬੋਲੇ ਵੀ ਸਵੈਨ ਸਥਾਪਿਤ ਨੇ। ਇਹ ਤ੍ਰਿਸ਼ੂਲ ਅੱਜ ਅਸੀਂ ਦੱਸਿਆ ਕਰਨਾ ਤੁਹਾਨੂੰ ਸਾਕਸ਼ਾਤ ਉਸ ਰੂਪ 'ਚ। ਪਿਛਲੇ ਅੰਕ 'ਚ ਅਸੀਂ ਝੱਜ ਗ੍ਰਾਂ ਦੀ ਜ਼ਿਲ੍ਹੇ ਸੰਸਕ੍ਰਿਤੀ ਤੁਹਾਡੇ ਕੰਨੇ ਸਾਂਝਾ ਕੀਤੀ ਉੱਥੇ ਇੱਕ ਪਹਾੜੀ ਦੇ ਵਿੱਚ ਹਿੱਸਾ ਲਿਆ ਹੂ ਬੂ ਤ੍ਰਿਸ਼ੂਲ ਨੁਮਾ ਉਹ ਚਿੱਤਰ ਬਣੇਗਾ ਆਪ ਸ਼ੰਭੂ।
ਔਰ ਬਾਬਾ ਬੋਲੇ ਦੇ ਕੰਨੇ ਕੰਨੇ ਗਣੇਸ਼ ਜੀ ਦੀ ਵੀ ਉੱਥੇ ਪ੍ਰਤਿਮਾ ਲੱਭੀ। ਅੱਜ ਅਸੀਂ ਪ੍ਰਯਾਸ ਕੀਤਾ ਕਿ ਮੇਲੇ ਦੇ ਵਿੱਚ ਆਈ ਹੈ ਤੁਹਾਨੂੰ ਇਹਨੇ ਪ੍ਰਾਚੀਨ ਜਿਹੜੀ ਸਾਡੀ ਧਰੋਹਰ ਹੈ ਸੰਸਕ੍ਰਿਤਿਕ ਔਰ ਆਸਥਾ ਕੰਨੇ ਭਰੋਚੇ ਦਾ ਇਹ ਥਾਂ ਜਿਹੜਾ ਬਾਬਾ ਬੋਲੇ ਦੀ ਪੂਜਾ ਅਰਚਨਾ ਕਰਨ ਵਾਲੇ ਲੋਕਾਂ ਵਾਸਤੇ ਅੱਜ ਮੌਕਾ ਹੈ ਅਤੇ ਅਸੀਂ ਇੱਥੇ ਪੁੱਜੇ ਹਾਂ ਅੱਜ ਤੁਹਾਡੇ ਤੱਕ ਰਸ ਪਹੁੰਚਾਉਣ ਦਾ ਪ੍ਰਯਾਸ ਕਰ ਕਰਨਾ। ਦਰਸ਼ਕੋ, ਬਾਬਾ ਬੋਲੇ ਦੀ ਜੰਗ ਦਾ ਵਿੱਚ ਜਨਮ ਲਈ ਹੈ। ਬਾਬਾ ਬੋਲੇ ਨਾਥ ਨੇ ਪੁਰੋਹਿਤ ਆਪਣੇ ਜਿਹੜੇ ਬਣਾਏ ਹੈ ਉਹ ਹੈ ਜੰਗਮ, ਜਿਹਨੇ ਕਿ ਆਪਣੇ ਵਿਵਾਦ ਉੱਪਰ ਜਿਹੜਾ ਦਾਨ ਦਕਸ਼ਣਾ ਹੈ ਉਹ ਸਾਰੇ ਦੇਵੀ ਦੇਵਤੇ ਨਾ ਕਰੜੀ ਪਏ। ਬਾਬਾ ਬੋਲੇ ਦਾ ਅਸੀਂ ਦਾਨ ਦਕਸ਼ਣਾ ਨਹੀਂ ਲੈ ਸਕਦੇ। ਬਾਬਾ ਬੋਲੇ ਨੇ ਆਪਣੀ ਜੰਗ ਦੇ ਵਿੱਚ ਮਸਤ ਟੁਕੜਾ ਕੱਢੀਏ ਅਤੇ ਜੰਗਮ ਜਾਤੀ ਜਿਹੜੀ ਉਹ ਸਥਾਪਿਤ ਕੀਤੀ ਅਤੇ ਅੱਜ ਤੱਕ ਜੰਗਮ ਜਾਤੀ ਹੈ ਬਾਬਾ ਬੋਲੇ ਦਾ ਗੁਣਗਾਨ ਕਰਦੀ ਹੈ ਔਰ ਗੁਣਗਾਨ ਕਰੀਏ ਜਿਹੜਾ ਦਾਨ ਹੈ ਬਾਬਾ ਬੋਲੇ ਦਾ ਆਪਣੇ ਟੱਲ 'ਚ ਲੈਂਦੇ ਨੇ। ਅੱਜ ਵੀ ਅਸੀਂ ਦੇਖਿਆ ਕਰਨਾ ਇਸ ਮੇਲੇ ਦੇ ਵਿੱਚ ਜੰਗਮ ਜਿਹੜੀ ਹੈ ਉਹ ਬਾਬਾ ਬੋਲੇ ਦੇ ਭਜਨ ਗਾ ਕਰਦੇ ਨੇ, ਉਹ ਭਜਨ ਅਸੀਂ ਤੁਹਾਡੇ ਤੱਕ ਪਹੁੰਚਾਉਣ ਦਾ ਪ੍ਰਯਾਸ ਕਰਨੇ ਆ। ਬਿੜੇ ਤੂਣਾ ਲਾਵੇ ਬਾਬਾ, ਬਿੜੇ ਤੂਣਾ ਲਾਵੇ ਬਾਬਾ, ਸੁੱਖ ਸ਼ਾਂਤੀ ਲਾਵੇ ਦਾਦੇ ਘਰ ਵਿੱਚ ਫੇਰਾ ਪਾਵੇ, ਇਹਨਾਂ ਦੀ ਹੋ ਜਾਏ ਬੱਲੇ ਬੱਲੇ ਵਰਦ ਦੇ ਵਰਾਨੋ ਬੈਲ ਵਾਲੇ ਵਰਦ ਦੇ ਵਰਾਨੋ ਬਣੇ ਰਪਈਏ ਚਾਂਦੀ ਕੇ ਬਾਬੇ ਨਾ ਹੋ ਗਲ ਗਾਣੇ ਨੇ ਡਮਰੂ ਵਾਲੇ ਗਾਣੇ ਬੈਲ ਵਾਲੇ ਕਬੋਗ ਲਗਾਣੇ ਨੇ ਦੋਸਤੋ। ਚਨੈਨੀ ਖੇਤਰ ਜਿਹੜਾ ਖਾਸ ਕਰੀਏ ਇਸ ਸੁਧਮਾਦੇਵ ਜਿੰਨਾ ਵੀ ਪ੍ਰਾਂਤ ਅਸੀਂ ਦੇਖਦੇ ਹਾਂ ਹਰ ਜਗ੍ਹਾ ਬਹੁਤ ਸਾਰੇ ਦੇਵੀ ਦੇਵਤੇ ਨੇ ਸਥਾਨ ਨੇ ਔਰ ਇਹ ਸਥਾਨ ਜਿਹੜਾ ਬੜਾ ਪਵਿੱਤਰ ਸਥਾਨ ਹੈ ਜਿਸ ਸਥਾਨ ਪਰ ਅਸੀਂ ਬੈਠੇ ਦੇ ਹਾਂ ਇਸ ਲਈ ਲੋਕਾਂ ਦੇ ਦਰਸ਼ਨ ਕਰਵਾ ਕਰਦੇ ਹਾਂ ਬਾਬਾ ਬੋਲੇ ਵਾਸਤੇ। ਇਹਦੀ ਮਹਿਮਾ ਔਰ ਖਾਸ ਕਰ ਇਸ ਇਲਾਕੇ ਦੇ ਵਿੱਚ ਜਿਹੜਾ ਕਣ ਕਣ ਦੇ ਵਿੱਚ ਦੇਵੀ ਦੇਵਤਿਆਂ ਦਾ ਵਾਸ ਹੈ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਣ ਵਾਸਤੇ ਸਾਡੇ ਕੰਨੇ ਪੂਰਵ ਸਰਪੰਚ ਸਰਪੰਚ ਸਾਹਿਬ ਤੁਹਾਡਾ ਸਵਾਗਤ ਹੈ। ਖਾਸ ਕਰੀਏ ਕਿੰਨੀ ਮਾਨਤਾ ਲੋਕਾਂ ਦੀ ਇਸ ਜਿਹੜੀ ਆਸਥਾ ਜਿਹੜੀ ਹੈ। ਸ਼ੁਕਰੀਆ ਪ੍ਰਮੀਨ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਸ ਸੁਧਮਾਦੇਵ ਦੀ ਕਲਪਨਾ ਨਹੀਂ ਕਰ ਸਕਦੇ ਵੀ ਕਿੰਨਾ ਵੱਡਾ ਇਸਦਾ ਬਹੁਤ ਵੱਡਾ ਸਥਾਨ ਹੈ, ਆਜ ਦਾ ਨਹੀਂ ਹੈ, ਸਦੀਆਂ ਪੁਰਾਣਾ ਸਥਾਨ ਚੱਲਦਾ ਵਰਦਾ ਹੈ। ਇੱਥੋਂ ਦੀ ਜਿਹੜੀਆਂ ਮੰਨਤਾਂ ਹਨ, ਅੱਜ ਤੁਸੀਂ ਮੇਲਾ ਦੇਖਿਆ ਹੋਣਾ, 3 ਦਿਨ ਦਾ ਇਹ ਮੇਲਾ ਲੱਗਦਾ ਹੈ। ਬੇਸਿਕਲੀ ਤਾਂ ਇੱਕ ਮਹੀਨਾ ਨਾੜੀ ਪਰੰਪਰਾ ਹੈ, ਇੱਕ ਮਹੀਨਾ ਲਗਾਤਾਰ ਚੱਲਦਾ ਰਹਿੰਦਾ, ਲੇਕਿਨ 3 ਦਿਨ ਤਾਂ ਨਾੜੀ ਇੱਕ ਪਰੰਪਰਾ ਹੈ। ਉਸ ਪਰੰਪਰਾ ਕੀ ਕੋਈ ਅੱਜ ਦਿਨ ਤਰ੍ਹਾਂ ਚੇਂਜ ਨਹੀਂ ਕਰ ਸਕਿਆ, ਲੇਕਿਨ ਜਿੰਨੀ ਸ਼ਰਧਾਲੂ ਪੂਰੇ ਜੰਮੂ ਕਸ਼ਮੀਰ ਦੇ ਆਉਣੇ ਗਏ ਆਉਣੇ, ਲੇਕਿਨ ਬਾਹਲੀਆਂ ਸਟੇਟਾਂ ਦੇ ਲੋਕ ਵੀ ਜਿਹੜੇ ਸੁਧਮਾ ਦੇ ਮੇਲੇ ਵਿੱਚ ਆਉਂਦੇ ਹਨ। ਤੁਹਾਡੇ ਮਾਧਿਅਮ ਕੰਨੇ ਮੈਂ ਇਹ ਆਖਣਾ ਚਾਹੁੰਦਾ, ਹਰ ਸ਼ਰਧਾਲੂ ਵੀ ਆਖਣਾ ਚਾਹੁੰਦਾ ਵੀ ਸੁਧਮਾ ਦੇ ਮੇਲਾ ਜਿਹੜਾ ਬੜਾ ਪਵਿੱਤਰ ਸਥਾਨ ਹੈ, ਬੜੀ ਅੱਛੀ ਮੰਨਤਾ ਇੱਥੋਂ ਦੀ। ਤੁਸੀਂ ਦੇਖਿਆ ਹੋਣਾ ਮੰਦਰ ਦੀ ਪੋਜੀਸ਼ਨ ਜਿਹੜੀ ਹੈ ਬਹੁਤ ਅੱਛੀ ਹੈ। ਐਡਮਿਨਿਸਟ੍ਰੇਸ਼ਨ ਕੀ ਵੀ ਮੈਂ ਵਧਾਈ ਦੇਵਾਂਗੀ, ਇਸ ਸਾਲ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਜੀ, SDM ਸਾਹਿਬ ਨੇ ਬਹੁਤ ਅੱਛਾ
ਬਿਲਕੁਲ, ਜ਼ਿਲ੍ਹਾ ਪ੍ਰਸ਼ਾਸਨ ਪ੍ਰਯਾਸ ਕਰਿਆ ਕਰਦਾ ਮੇਲੇ ਸੁਚਾਰੂ ਰੂਪ ਕਰਨ ਵਾਸਤੇ। ਹੁਣ ਮੇਲੇ ਦੇ ਖਾਸ ਕਰੀਏ ਸਾਵਣ ਮਹੀਨਾ ਜਿਹੜਾ ਹੈ, ਸਾਵਣ 'ਚ ਲੋਕੀ ਬਾਬਾ ਬੋਲੇ ਪਰ ਅਸੀਮ ਕਿਰਪਾ ਹੁੰਦੀ ਹੈ ਅਤੇ ਮਤੀ ਸਾਰੀ ਯਾਤਰਾ ਇੱਥੇ ਆਉਣੀ ਹੈ ਔਰ ਪ੍ਰਸ਼ਾਸਨ ਵੀ ਕੋਸ਼ਿਸ਼ ਕਰਿਆ ਕਰਦਾ, ਇੰਤਜ਼ਾਮ ਕਰਿਆ ਕਰਦਾ ਕਿ ਇਸ ਇਲਾਕੇ ਦੀ ਹੋਰ ਸੁਵਿਧਾ ਜਿਹੜੀ ਦਿੱਤੀ ਜਾਣ ਅਤੇ ਮੇਲੇ ਦੀ ਆਟੋ ਲੈਣਾ ਔਰ ਕਿਸ਼ਲਬ ਦਾ ਉਹ ਵੀ ਤੁਹਾਡੇ ਤੱਕ ਪਹੁੰਚਾਉਣ ਦਾ ਪ੍ਰਯਾਸ ਕਰਨਾ। ਦੋਸਤੋ, ਮੇਲਾ ਭਖੇ ਦਾ ਔਰ ਖਾਸ ਕਰੀਏ ਲੋਕਾਂ ਦਾ ਆਸਥਾ ਦਾ ਸਲਾਬ ਅਸੀਂ ਦਿਖਾ ਕਰਦੇ ਹਾਂ। ਲੋਕ ਬੜੀ ਦੂਰ ਦੂਰ ਦਾ ਆਵਾ ਕਰਦੇ ਨੇ ਬਾਬਾ ਬੋਲੇ ਪਰ ਕਿੰਨੀ ਇਹਦੀ ਅਸੀਮ ਕਿਰਪਾ ਹੈ। ਮਾਤਾ ਇੱਕ ਖੁਰਤੀ ਦੇ ਅੰਦਰ ਗੱਲ ਕਰ ਕਰਨੇ, ਮਾਤਾ ਕੀ ਨਾਂ ਤੁਹਾਡਾ? ਮੇਰਾ ਨਾਮ ਬੀਨਾ ਕੁਮਾਰੀ। ਮਾਤਾ ਕਿਹੜੀ ਜਗ੍ਹਾ ਆਏ? ਆ ਸਾਰੇ ਨਿਊ ਪਲਾਟ ਦਾ, ਨਿਊ ਪਲਾਟ ਜੰਮੂ ਤੋਂ। ਅੱਛਾ, ਜਾਨੀਪੁਰ ਤੋਂ ਆਏ ਔਰ ਕਿੰਨੀ ਆਸਥਾ ਹੈ ਤੁਹਾਨੂੰ ਬਾਬਾ ਬੋਲੇ ਪਰ ਔਰ ਸ਼ਰਧਾ ਜਿਹੜੀ ਹੈ ਉਹ ਮਨ 'ਚ ਕਿੰਨੀ ਉੱਭਰਦੀ? ਅਸੀਂ ਬੜੀ ਹੀ ਜ਼ਿਆਦਾ ਸ਼ਰਧਾ ਹੈ ਕਿਉਂਕਿ ਸਾਡਾ ਡੋਗਰੇ ਨਾਲ ਅੰਤਰਮੁਖੀ ਮੰਦਰ ਹੈ, ਇਸ ਕਰੀਏ ਅਸੀਂ ਬਹੁਤ ਜ਼ਿਆਦਾ ਸ਼ਰਧਾ ਹੈ। ਸਾਵਣ ਦੇ ਮਹੀਨੇ ਵਿੱਚ ਮਤੇ ਸਾਰੇ ਲੋਕ ਜਿਹੜੇ ਨੇ ਬਾਬਾ ਬੋਲੇ ਪਰ ਕਿਰਪਾ ਬਰਸਾਉਣ ਵਾਸਤੇ ਪੂਜਾ ਅਰਚਨਾ ਕਰਦੇ ਨੇ, ਕਿੰਨੀ ਪੂਜਾ ਅਰਚਨਾ ਜਿਹੜੀ ਜ਼ਰੂਰਤ ਹੈ ਅੱਜ ਦੀ ਪੀੜ੍ਹੀ ਅਸੀਂ ਦੇਖਣੇ ਉਹ ਭਗਵਾਨ ਦੀ ਪੂਜ ਮੰਨਦੇ ਨਹੀਂ ਹਨ ਜਿਹੜੇ ਨਵੇਂ? ਹਾਂਜੀ, ਉਹਨੇ ਜਾਗਰੂਕ ਕਰਨ ਵਾਸਤੇ ਕੀ ਆਖਣਾ ਚਾਹੁੰਦੇ? ਅਸੀਂ ਇਹ ਆਖਣਾ ਚਾਹੁੰਦੇ ਹਾਂ ਕਿ ਜਿਹੜੇ ਨਿਊ ਜਨਰੇਸ਼ਨ ਹੈ ਉਹਨੇ ਇੰਨਾ ਹੋਣਾ ਚਾਹੀਦਾ ਕਿ ਭਗਵਾਨ ਦੀ ਸਾਰਿਆਂ ਪਰ ਕਿਰਪਾ ਬਣੀ ਰਹੇ, ਬੱਚੇ ਦੀ ਆਪਣੇ ਆਸਥਾ ਹੋਣੀ ਚਾਹੀਦੀ ਆਪਣੇ ਦੇਸਤਾਨ ਦੇ ਪਰਾਂ। ਬਿਲਕੁਲ, ਔਰ ਵੱਡੇ ਦਾ ਵੀ ਫਰਜ਼ ਬਣਦਾ ਕਿ ਬੱਚੇ ਕੰਨੇ ਲਈ ਆਉਣ, ਬੱਚੇ ਕੰਨੇ ਲਈ ਆਉਣ, ਅਸੀਂ ਬੱਚੇ ਲਿਆਏ ਦੇ ਕੰਨੇ ਸਾਰੇ। ਬਿਲਕੁਲ ਸੱਚ ਗੱਲ ਕਰਦੇ ਨੇ, ਔਰ ਬੱਚੇ ਲਈ ਹੈ, ਅਗਰ ਬਜ਼ੁਰਗ ਆਏ ਦਿਨ ਕਰਾਦਾ ਬੱਚੇ ਦੇ ਵਿੱਚ ਤਾਂ ਵੀ ਉਹ ਆਸਥਾ ਜਿਹੜੀ ਬਣਾ ਕਰਦੀ ਹੈ। ਮੇਲਾ ਭਖੇ ਦਾ ਔਰ ਮੇਲੇ ਦੇ ਵਿੱਚ ਮਤੇ ਸਾਰੇ ਸ਼ਰਧਾਲੂ ਜਿਹੜੇ ਨੇ ਦੂਰ ਦਰਾਜ ਦਾ ਵੀ ਆਵਾ ਕਰਦੇ ਨੇ, ਕਿਸ਼ ਲਾਗੇ ਦੇ ਵੀ ਆਵਾ ਕਰਦੇ ਨੇ, ਉਹਦੇ ਤੱਕ ਵੀ ਅਸੀਂ ਪਹੁੰਚਾਉਣਾ ਪ੍ਰਯਾਸ। ਜਿਵੇਂ ਮੇਲੇ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਬੜੇ ਸਾਰੇ ਪਕਵਾਨ ਬਣਾਉਂਦੇ, ਮਿਠਾਈਆਂ ਮੇਲੇ ਦੀਆਂ, ਖਾਸ ਕਰੀ ਅਸੀਂ ਦੇਖਦੇ ਹਾਂ ਕਿ ਗ੍ਰਾਈਂਡ ਮਿਠਾਈ ਜਿਹੜੀ ਹੁੰਦੀ ਹੈ ਉਹ ਜਲੇਬੀ ਹੈ, ਔਰ ਜਲੇਬੀ ਦੇ ਕੰਨੇ ਕੰਨੇ ਪਕੌੜੇ ਵੀ ਬਣਾ ਕਰਦੇ। ਇੱਥੋਂ ਦੀ ਲੋਕਲ ਜਿਹੜੀ ਬਰਫੀ ਹੈ ਉਹ ਸੂਜੀ ਵਾਲੀ ਬਰਫੀ ਉਹ ਵੀ ਅਸੀਂ ਦਰਸਾਉਣ ਦੀ ਕੋਸ਼ਿਸ਼ ਕਰਿਆ ਕਰਦੇ ਹਾਂ। ਔਰ ਲੋਕ ਜਿੰਨੇ ਵੀ ਸ਼ਰਧਾਲੂ ਆਦਿ ਨੇ ਇੱਥੇ ਦੁਕਾਨਾਂ ਪਰ ਦੇਖੋ ਰਸ਼ ਪੈਦਾ, ਅੰਦਰ ਕੋਈ ਰੋਟੀ ਖਾਦਾ, ਕੋਈ ਮਿਠਾਈ ਖਾਦਾ, ਕੋਈ ਪਕੌੜੇ ਖਾ ਕਰਦਾ, ਆਪਣਾ ਆਤਮਾ ਤਾਂ ਤਾਂ ਤ੍ਰਿਪਤ ਹੁੰਦੀ ਹੈ ਭਗਵਾਨ ਦੇ ਦਰਸ਼ਨ ਕਰਨੇ, ਅਤੇ ਪੇਟ ਤ੍ਰਿਪਤ ਹੁੰਦਾ ਕੁਛ ਖਾਣੇ ਕਰਨੇ, ਅਤੇ ਦੁਕਾਨਦਾਰੇ ਪੂਰਾ ਪ੍ਰਬੰਧ ਕੀਤੇ ਦਾ ਕਿ ਤੁਹਾਡੇ ਖਾਣੇ ਪੀਣੇ ਦਾ ਵੀ ਇੱਥੇ ਜੁਗਾੜ ਰੱਖਿਆ। ਦਰਸ਼ਕੋ, ਮੇਲੇ 'ਚ ਅਸੀਂ ਦਿਖਾ ਕਰਦੇ ਹਾਂ ਮਤੇ ਸਾਰੇ ਲੋਕ ਜਿਹੜੇ ਸ਼ਰਧਾਲੂ ਆਪਣੀ ਆਸਥਾ ਲਈ ਹੈ ਇਸ ਦਰਬਾਰ 'ਚ ਆਵਾ ਕਰਦੇ ਨੇ, ਔਰ ਕਿਸ਼ ਇੱਥੋਂ ਦੇ ਵੀ ਵਸਿੰਦੇ ਹਨ, ਉਹਦੇ ਕੰਨੇ ਵੀ ਗੱਲ ਕਰ ਕਰਨੇ ਆ। ਕੀ ਨਾਂ ਜੀ ਤੁਹਾਡਾ? ਸੁਰਭੀ ਸ਼ਰਮਾ। ਸੁਰਭੀ ਜੀ, ਸੁਦਮਾ ਦੇਵ ਦੀ ਧਰਤੀ ਅਤੇ ਬੜੀ ਪਵਿੱਤਰ ਧਰਤੀ ਹੈ ਜਿੱਥੇ, ਔਰ ਇੱਥੋਂ ਦੀ ਖਾਸ ਕਰੀਏ ਜਿਹੜੇ ਧਿਆਨ ਹਨ ਉਹ ਭਗਵਾਨ ਬੋਲੇ ਕੀ ਪਤੀ ਰੂਪ 'ਚ ਪਾਇਆ ਦਾ ਉਹਨੇ, ਖਾਸ ਕਰੀਏ ਮਾਤਾ ਗੌਰਾ ਨੇ। ਕਿੰਨਾ ਆਪਣੇ ਆਪ ਪਰ ਫਖਰ ਮਹਿਸੂਸ ਕਰਦੇ ਹੋ ਪਏ ਅਸ ਇਸ ਸੁਦਮਾ ਦੇਵ ਦੀ ਧਰਤੀ 'ਚ ਰਹਿੰਦੇ ਹਾਂ? ਬੜਾ ਅੱਛਾ ਲੱਗਦਾ, ਜਿਹੜੀ ਸਾਡੀ ਸੁਦਮਾ ਦੇਵ ਦੀ ਧਰਤੀ ਹੈ ਬੜੀ ਪਾਵਨ ਹੈ, ਇੱਕ ਅਲੱਗ ਆਕਰਸ਼ਣ ਹੈ ਇਸ ਧਰਤੀ 'ਚ ਕਿ ਮਾਤਾ ਪਾਰਵਤੀ ਦਾ ਜਨਮ ਮਾਨਤਲਾਈ ਹੋਏ ਦਾ, ਉਹਨੇ ਸ਼ਿਵ ਜੀ ਕੀ ਬਰ ਰੂਪ ਵਿੱਚ ਇੱਥੇ ਪ੍ਰਾਪਤ ਕੀਤਾ ਹਾ, ਔਰ ਬੜਾ ਅੱਛਾ ਤੁਸੀਂ ਪ੍ਰਕਿਰਤਿਕ ਦ੍ਰਿਸ਼ਟੀ ਕੰਨੇ ਦੇਖੋ ਤਾਂ ਵੀ ਇਹ ਬੜੀ ਸੁੰਦਰ ਜਗ੍ਹਾ ਹੈ, ਔਰ ਇੱਕ ਬੜਾ ਅੱਛਾ ਆਨੰਦ ਮਹਿਸੂਸ ਹੁੰਦਾ ਇੱਧਰ ਆਉਂਦੇ ਹੀ, ਇੱਧਰ ਦੀ ਧਰਤੀ ਉੱਪਰ ਪੈਰ ਰੱਖਦੇ ਕਿ ਤੁਸੀਂ ਇੱਕ ਅਧਿਆਤਮਿਕ ਊਰਜਾ ਦਾ
ਆਪਣੇ ਆਪ ਵਿੱਚ ਅਨੁਭਵ ਕਰਨੇ ਬਸ। ਔਰ ਖਾਸ ਕਰਕੇ ਜਿਹੜਾ ਮੇਲੇ ਦਾ ਰੰਗ ਹੈ, ਮੇਲਾ ਤਾਂ ਸਾਲਾਨਾ ਇੱਕ ਵਾਰੀ ਆਉਂਦਾ ਪਰ ਸ਼ਰਧਾਲੂ ਇੰਨੇ ਵੀ ਆਉਂਦੇ ਨੇ ਮੇਲੇ 'ਚ, ਜਿਹੜੀ ਰੰਗਤ ਹੈ ਉਸੇ ਦਿਖਣੇ ਵਿੱਚ ਤੁਹਾਡੀ ਪੰਜ ਪਤੇ ਦੀ ਦੁਕਾਨਾਂ ਵੀ ਲੱਗਦੀਆਂ, ਲੋਕ ਖਰੀਦਦਾਰੀ ਵੀ ਕਰਦੇ ਨੇ, ਇਸ ਰੰਗਤ 'ਚ ਜਿਹੜੇ ਰੰਗ ਬਿਰੰਗੇ ਲੋਕ ਦਿਖੀਏ ਉਹਦੇ ਕੰਨੇ ਤੁਹਾਨੂੰ ਮਨਾਂ 'ਚ ਕਿੰਨੀ ਖੁਸ਼ੀ ਮਿਲਦੀ ਹੈ ਅਤੇ ਅੱਜ ਮਿਲਾਪ ਹੋ ਦਾ ਮਤੇ ਸਾਰੇ ਪੁਰਾਣੇ ਜਿਹੜੇ ਵਿਛੜੇ ਦੇ ਮਿੱਤਰ ਉਹ ਵੀ ਮਿਲਦੇ ਨੇ। ਆਹੋ, ਬੜਾ ਅੱਛਾ ਲੱਗਦਾ, ਬੜੇ ਅਲੱਗ ਅਲੱਗ ਕਿਸਮ ਦੇ ਲੋਕ ਇੱਧਰ ਆਉਂਦੇ, ਸ਼ਹਿਰੇ ਦੇ ਵੀ ਆਉਂਦੇ, ਗ੍ਰਾਂ ਦੇ ਵੀ ਆਉਂਦੇ, ਔਰ ਅੱਛਾ ਲੱਗਦਾ। ਮਤਲਬ ਮੇਲਾ ਤੋਂ ਮੇਲਾ ਤਾਂ ਇਹੀ ਹੈ ਨਾ ਕਿ ਸਾਰੇ ਮੇਲ ਮਿਲਾਪ ਹੋਇਆ, ਤਾਂ ਉਹ ਮੇਲ ਮਿਲਾਪ ਇੱਧਰ ਦੇਖਣੇ ਹੀ ਮਿਲਦਾ ਮੇਲੇ ਵਿੱਚ। ਜੀ ਸੱਚ ਗਲਾ ਕਰਦੇ ਨੇ ਮੇਲੇ ਦਾ ਮਹੱਤਵ ਹੈ ਕਿ ਮੇਲ ਮਿਲਾਪ, ਕਈ ਪਿਛੜੇ ਦੇ ਅਸ ਪਰਿਵਾਰ ਵੀ ਹੁੰਦੇ ਨੇ ਜਿੰਨਾ ਕੁੜੀਆਂ ਖਾਸ ਕਰੀਏ ਇੱਥੋਂ ਦੀਆਂ ਅਗਰ ਜਨਮ ਲੈਦਾ ਉਹ ਵਿਆਹ ਕੋਤੇ ਬਾਹਰ ਹੋਏਦਾ ਹੋ ਤੇ ਮੇਲੇ 'ਚ ਆਉਣ ਤੇ ਆਪਣੀਆਂ ਸਹੇਲੀਆਂ ਬੜੀ ਲੱਭਦੀ, ਕੋਈ ਸਹੇਲੀ ਵੀ ਲੱਭਦੀ ਹੈ ਮੇਲੇ 'ਚ? ਸਾਰੀ ਕੁੜੀਆਂ ਜਿੰਦੀ ਮੈਰਿਜ ਬਾਹਰ ਹੋਈ ਦੀ ਸਾਰੇ ਇੱਧਰ ਆਉਂਦੇ, ਛੁੱਟੀਆਂ ਵੀ ਹੁੰਦੀਆਂ ਗਰਮੀਆਂ ਦੀਆਂ ਤੇ ਸਾਰੀਆਂ ਕੁੜੀਆਂ ਇੱਧਰ ਆਈਆਂ ਹੁੰਦੀਆਂ। ਮੇਲਾ ਕੋਈ ਮਿਸ ਨਹੀਂ ਕਰਦਾ, ਮੇਲਾ ਕੋਈ ਮਿਸ ਨਹੀਂ ਕਰਦਾ। ਔਰ ਮੇਲੇ ਦਾ ਰੰਗਤ ਜਿਹੜੀ ਅੱਜ ਤੁਹਾਡੇ ਤੱਕ ਪਹੁੰਚਾਉਣ ਦਾ ਪ੍ਰਯਾਸ ਕਰਿਆ ਕਰਨਾ, ਦੁਨੀਆ ਬੜੀ ਹੈ, ਦੁਕਾਨਾਂ ਸੱਜਦੀਆਂ ਨੇ, ਔਰ ਹੁਣ ਮੇਲੇ ਦੇ ਵਿੱਚ ਹੋਰ ਵੀ ਕਈ ਰੰਗ ਨੇ ਉਹ ਵੀ ਤੁਹਾਡੇ ਤੱਕ ਪਹੁੰਚਾਉਣ ਦਾ ਪ੍ਰਯਾਸ ਕਰਨਾ। ਮੇਰੇ ਦੇਸ਼ ਦਾ ਸ਼ਲਪਾ, ਮੇਰੀ ਅੱਖੀ ਕੰਨੇ ਦੇਖੋ, ਮੇਰੇ ਦੇਸ਼ ਦਾ ਸ਼ਲਪਾ। ਦੋਸਤੋ ਬੜਾ ਸੋਹਣਾ ਜਿਹੜਾ ਗੀਤ ਸੁਣਾ ਕਰਦੇ ਇਹ, ਖਾਸ ਕਰੀਏ ਸੁਧੀ ਦੇ ਮੇਲੇ ਦੇ ਉੱਪਰ ਇੱਕ ਗਾਣਾ ਤਿਆਰ ਹੋਇਆ, ਮੇਰੇ ਖਿਆਲ 'ਚ ਪਤਾ ਲੱਗਿਆ ਕਿ ਹੁਣੇ ਤਿਆਰ ਹੋਇਆ ਅਤੇ ਗਾਣੇ ਵਾਲੇ ਸਾਡੇ ਕੋਲ ਬੈਠੇ ਦਿੰਦੇ ਨੇ ਗੱਲਬਾਤ ਕਰਨੇ। ਕੀ ਨਾਂ ਜੀ ਤੁਹਾਡਾ? ਮੇਰਾ ਨਾਮ ਅੰਬਿਕਾ ਸ਼ਰਮਾ। ਅੰਬਿਕਾ ਜੀ, ਇੱਕ ਗਾਣਾ ਜਿਹੜਾ ਮੈਂ ਦੇਖਣਾ ਪੱਚੀ ਹੁਣ ਲੱਭਾ ਦੀ ਕੋਲ, ਇਹ ਤੁਸੀਂ ਆਖਦੇ
ਪਿਛਲੇ ਅੱਖਰ ਵੀ ਉਹਨੇ ਲਿਖਿਆ ਤੁਸੀਂ ਉਹਨੇ ਤਿਆਰ ਕੀਤਾ? ਐਕਚੁਲੀ ਨਾ ਇਹ ਜਿਹੜੇ ਸਟਾਰਟਿੰਗ ਦੀਆਂ ਇਹਦੀਆਂ ਲਾਈਨਾਂ ਜਿਹੜੀਆਂ ਸੀਗੀਆਂ ਇਹ ਮੈਂ ਆਪਣੇ ਮਾਮਾ ਜੀ ਕੋਲਾਂ ਸੁਣੀ ਦੀਆਂ ਸੀਗੀਆਂ ਦੋ ਲਾਈਨਾਂ, ਪਰ ਅੱਗੇ ਮਿਗੀ ਕੁਛ ਨਹੀਂ ਆਉਂਦਾ ਅਤੇ ਇਹ ਮੈਂ ਹੁਣੇ ਅੱਗੇ ਜਿਹੜੇ ਦੋਸਤ ਪੈਰੇ ਇਹਦੇ ਇਹ ਮੈਂ ਹੁਣੇ ਤਿਆਰ ਕੀਤੇ ਆ। ਮਤਲਬ ਸੁਧ ਮਹਾਦੇਵ ਦੀਆਂ ਕੁੜੀਆਂ ਜਿਹੜੀਆਂ ਨਾ ਉਹ ਜਿਵੇਂ ਮੈਂ ਪਹਿਲੇ ਵੀ ਆਖਿਆ ਵੀ ਬਾਬਾ ਬੋਲੇ ਜੀ ਪਤੀ ਰੂਪ 'ਚ ਤਾਂ ਪਾਈ ਲੈਂਦੀਆਂ ਭਗਤੀ ਸ਼ਕਤੀ ਕਰਨੇ ਅਤੇ ਆਪੂ ਗਾਣੇ ਵੀ ਲਿਖੀ ਲੈਂਦੀਆਂ ਸ਼ੈਲ ਸ਼ੈਲ ਸੁਣਨੇ ਸਨ ਕੜੇ ਆਪਣੇ ਸੰਸਕ੍ਰਿਤਿਕ ਰੰਗ ਜਿਹੜੇ ਨੇ ਆਪਣੀ ਧਰੋਹਰ ਹੈ ਉਸੇ ਅੱਗੇ ਪਜਾਣੇ ਵਾਸਤੇ ਪ੍ਰਯਾਸ ਕਰਨਾ ਚਾਹੀਦਾ। ਹਾਂ ਬਿਲਕੁਲ, ਇਹ ਜਿਹੀਆਂ ਮੇਲੇ ਵੀ ਆਸ ਦਿਖਾਉਣਾ ਕਰਨੇ ਲੁਪਤ ਹੁੰਦੇ ਜਾ ਕਰਦੇ ਨੇ ਪਰ ਉਧਮਪੁਰ 'ਚ ਅਜੇ ਜੀਵਤ ਨੇ, ਖਾਸ ਕਰੀ ਤੁਹਾਡੀ ਚਨੈਣੀ ਤਹਿਸੀਲ ਦੇ ਵਿੱਚ। ਹਾਂਜੀ ਹਾਂਜੀ। ਇੱਕ ਚੀਜ਼ ਹੋਰ ਹੈ ਅਸ ਦਿਖਣੇ ਆ ਕਿ ਮਾਤਾ ਗੌਰਾਂ ਜਿਹੜੀ ਕਿੰਨੀ ਗੋ ਤਪੱਸਿਆ ਜਿਹਨੇ ਆਪਣਾ ਵਾਯੂ ਜਲ ਦਾ ਵੀ ਅਖੀਰ ਦੇ ਵਿੱਚ ਆਹਵਾਨ ਜਿਹੜਾ ਕਰਨਾ ਬੰਦ ਕਰ ਦਿੱਤਾ ਹੈ ਜਿਹੜਾ ਪਤੀ ਰੂਪ 'ਚ ਭਗਵਾਨ ਹੀ ਪਾਇਆ। ਅੱਜ ਦੀਆਂ ਲੜਕੀਆਂ ਅਸ ਦੇਖਦੇ ਹਾਂ ਕਿ ਉਸੇ ਵਜ੍ਹਾ ਕਰਨੇ ਉਹਨੇ ਕੁੜੀਆਂ ਹੀ ਧਿਆਨ ਆਈ ਅਸ ਪੈਰਾਂ 'ਤੇ ਲਾਉਣੇ ਜਿਹਨੇ ਭਗਵਾਨ ਹੀ ਪਤੀ ਰੂਪ 'ਚ ਪਾਇਆ ਲੈਦਾ, ਪਰ ਜਿਹੜਾ ਕੁੜੀ ਨੌਜਵਾਨ ਇੱਕ ਮਤਲਬ ਸ਼ਕਤੀ ਸਵਰੂਪਾ ਬਣਦੀ ਉਹਦੇ ਪਰ ਅੱਤਿਆਚਾਰ ਹੋਣਾ ਸ਼ੁਰੂ ਹੁੰਦਾ। ਪਹਿਲੇ ਤਾਂ ਅਸ ਤੁਸੀਂ ਕੰਜਕ ਰੂਪ 'ਚ ਪੁੱਜਣਾ, ਫਿਰ ਅੱਤਿਆਚਾਰ ਕਿਉਂ ਹੁੰਦਾ ਇਸ ਵਿਸ਼ੇ ਪਰ ਤੁਸੀਂ ਬੋਲੋ। ਇਹ ਫਿਰ ਕਿਸ ਲੋਕਾਂ ਦੀ ਸੋਚ ਵੈਸੀ ਹੁੰਦੀ, ਮੇਰੇ ਖਿਆਲ 'ਚ ਸ਼ਾਇਦ ਇਹੀ ਕੋਈ ਕਾਰਨ ਹੋਣਾ ਕਿ ਸਾਰੇ ਲੋਕਾਂ ਦੀ ਸੋਚ ਇੱਕੋ ਜਿਹੀ ਨਹੀਂ ਹੁੰਦੀ ਅਤੇ ਫਿਰ ਉਹ ਇੰਨਾ ਅੱਤਿਆਚਾਰ ਕਰਨਾ ਸ਼ੁਰੂ ਕਰਦੇ। ਲਾਲਚ ਵੀ ਵੱਡੀ ਗੱਲ ਹੁੰਦੀ, ਕਈ ਲੋਕ ਹੁੰਦੇ ਨੇ ਵੀ ਜਿਹਨੇ ਧੀ ਦਾਨ ਦੇ ਜੁੜੀ ਉਸ ਤੋਂ ਵੱਡਾ ਹੋਰ ਕੋਈ ਤਾਂ ਪਿੱਛੇ ਰਹਿੰਦਾ ਨਹੀਂ, ਪਰ ਕਿਸ਼ ਲੋਭੀ ਲਾਲਚੀ ਜਿਹੜੇ ਨੇ ਉਹ ਦਾਜਾ ਦੀ ਮੰਗ ਕਰਦੇ ਨੇ, ਉਹ ਵਜ੍ਹਾ ਤਾਂ ਨਹੀਂ ਤਾਂ ਅੱਤਿਆਚਾਰ? ਹਾਂ ਅੱਜ ਇੱਕ ਵਜ੍ਹਾ ਇਹ ਵੀ ਹੈ, ਪਰ ਇਸ ਪਰ ਵੀ ਬੜੇ ਹੁਣ ਥੋੜ੍ਹਾ ਫਰਕ ਪੈਦਾ ਇਸ ਚੀਜ਼ ਦਾ, ਲੋਕ ਬੜੇ ਸਾਰੇ ਲੋਕ ਦਾਜ ਲੈਦੇ ਵੀ ਨਹੀਂ ਹਨ, ਪਰ ਕੁਛ ਲੋਕ ਉਹ ਮੈਂ ਤੁਸੀਂ ਆਖਿਆ ਕਿ ਸਾਰਿਆਂ ਦੀ ਸੋਚ ਇੱਕ ਜਿਹੀ ਨਹੀਂ ਹੁੰਦੀ ਅਤੇ ਕੁਛ ਲੋਕ ਐਸੇ ਵੀ ਹਨ, ਕੁਛ ਅੱਛੇ ਵੀ ਹਨ ਅਤੇ ਕੁਛ ਬੁਰੇ ਵੀ ਹਨ। ਸਿੱਖਿਆ ਜਿਹੜੀ ਹੈ ਬੜੀ ਜ਼ਰੂਰੀ ਹੈ ਲੜਕੀ ਵਾਸਤੇ, ਖਾਸ ਕਰੀਏ ਲੜਕੀ ਪੜ੍ਹੀ ਦੀ ਹੋਊ ਤਾਂ ਉਸ ਦਹੇਜ ਦੀ ਜ਼ਰੂਰਤ ਨਹੀਂ ਪਾਉਣੀ, ਆਪਣੇ ਪੈਰਾਂ ਪਰ ਖੜੀ ਆ ਉਹ ਸਭ ਕੁਛ ਕਮਾਈ ਸਕਦੀ। ਹਾਂਜੀ। ਅਤੇ ਐਸੇ ਮਾਪਿਓਂਗੀ ਜਾਂ ਐਸੇ ਲੋਭੀ ਲਾਲਚੇਂਗੀ ਇੱਕ ਹੱਥ ਗਿਆਨ ਦੇਣਾ ਚਾਹੀਦਾ ਕੁੜੀਆਂ? ਹਾਂਜੀ ਹਾਂ ਬਿਲਕੁਲ, ਥੋੜ੍ਹਾ ਸ਼ਰਮਾ ਕਰਦੀਆਂ ਨੇ ਪਰ ਸਿੱਧੀ ਦੀ ਕੁੜੀਆਂ ਸ਼ਰਮਾਉਂਦੀਆਂ ਵੀ ਹਨ, ਭਾਈ ਪਤਾ ਲੱਗੀ ਹੈ ਬੈਠੇ ਦੇ ਘਰ ਬੈਠੇ ਦੇ ਗਏ। ਅਤੇ ਹੁਣ ਇੱਕ ਹੋਰ ਸੋਹਣਾ ਜਿਹਾ ਗੀਤ ਸੁਣਿਆ ਵੀ ਕੁਛ ਉਹ ਮਨ ਟੁੱਟੀ ਉਹਨੇ ਮਨ ਦੀ ਗੱਲ ਵੀ ਤੁਹਾਡੇ ਤੱਕ ਪਹੁੰਚਾਉਂਦਾ। ਡੋਗਰੀ ਦਾ ਮਨ ਰੱਖਿਓ, ਦੋਸਤੋ ਬੜਾ ਪ੍ਰਸਿੱਧ ਗੀਤ ਹੈ ਸਾਡੇ ਰੋਹਿਤ ਜੂਹੀ ਉਹਨੇ ਗਾਇਆ ਦਾ, ਪਰ ਇੱਥੇ ਗ੍ਰਾਂਚ ਵੀ ਉਹਦਾ ਪ੍ਰਚਲਨ ਹੈ, ਬਹੁਤ ਪਿਆਰ ਕਰਦੇ ਨੇ ਲੋਕ ਡੋਗਰੀ ਕਰਨੇ। ਔਰ ਖਾਸ ਕਰੀਏ ਇਹ ਜਿਹੜਾ ਸੁਧ ਮਹਾਦੇਵ ਦਾ ਇਲਾਕਾ ਹੈ ਇੱਥੇ ਤਾਂ ਅਸ ਦੇਖਣੇ ਆ ਵੀ ਪਰੀ ਪੱਕਣ ਡੋਗਰੇ ਆਪਣੀ ਭਾਸ਼ਾ ਸੰਸਕ੍ਰਿਤੀ
ਔਰ ਖਾਸ ਕਰੀਏ ਆਪਣੀ ਤੀਜ ਤਿਆਰਾਂ ਲਈ ਅਤੇ ਇੱਕ ਬਜ਼ੁਰਗ ਨੇ ਉਹਦੇ ਕਨੇ ਗੱਲਬਾਤ ਕਰਨਾ। ਕੀ ਨਾਂ ਜੀ ਤੁਹਾਡਾ? ਸ਼ਿਵੋ ਦੇਵੀ। ਜਿਹੜਾ ਸ਼ੁੱਧ ਮਹਾਦੇਵ ਦਾ ਇਲਾਕਾ ਹੈ, ਇੱਥੇ ਕਣ ਕਣ ਦੇ ਵਿੱਚ ਭਗਵਾਨ ਦਾ ਵਾਸ ਆਖਦੇ ਨੇ। ਜਿਉਂ ਅਸ ਪਾਰਲੀ ਪੱਖੀ ਨਜ਼ਰ ਮਾਰਚਿਆ ਅਤੇ ਬੁੱਢਾ ਕੇਦਾਰ ਬਣੀਏ ਦਰਸ਼ਨ ਦਿੰਦੇ ਨੇ, ਤਾਂ ਹੀ ਆਪੂ ਆਪਣੇ ਸਹਿ ਪਰਿਵਾਰ ਬੈਠੇ ਦੇ ਨੇ। ਤ੍ਰਿਸ਼ੂਲ ਹੁੰਦਾ ਵਿਖਿਆਤ ਹੈ, ਥੋੜ੍ਹਾ ਅੱਗੇ ਚੱਲੀਏ ਉਹ ਝੱਜ ਦੇ ਵਿੱਚ ਅਤੇ ਫਾਟਲੂ ਮਾਤਾ ਦੇ ਰੂਪ 'ਚ ਜਾਂ ਉੱਥੇ ਗਣੇਸ਼ ਦੀ ਪ੍ਰਤਿਮਾ ਵੀ ਲੱਭਦੀ ਹੈ। ਇਹ ਜਿਹੜਾ ਇਲਾਕਾ, ਇਸ ਇਲਾਕੇ ਦੇ ਵਿੱਚ ਤੁਸੀਂ ਰਹਿੰਦੇ ਹੋ, ਕਿੰਨਾ ਆਪਣੇ ਆਪ ਕੀ ਫਕਰ ਮਹਿਸੂਸ ਹੁੰਦਾ ਵੀ ਸਾਡਾ ਚਮੁੱਖ ਹੈ ਭਗਵਾਨ? ਅਸੀਂ ਤਾਂ ਬਹੁਤ ਫਕਰ ਮਹਿਸੂਸ ਕਰਦੇ, ਅੱਛਾ ਲੱਗਦਾ, ਅਸੀਂ ਬਹੁਤ ਅੱਛਾ ਲੱਗਦਾ। ਕੋਈ ਸੁੱਖ ਦੁੱਖ ਦਾ ਫੰਡਾਕਾ ਜੇ ਕੋਈ ਆਵੇ ਤੇ ਆਵੇ ਤੇ ਉਹ ਆਉਂਦਾ ਜਾਂਦਾ, ਕੋਈ ਟੈਨਸ਼ਨ ਨਹੀਂ, ਕੋਈ ਟੈਨਸ਼ਨ ਨਹੀਂ, ਸਾਰੀ ਡੋਰੀ ਹੁੰਦਾ ਉਹਦੇ ਉੱਪਰ ਸੁੱਟੀ ਦੀ। ਇੱਕ ਚੀਜ਼ ਹੋਰ ਦੇਖਣੇ ਆ ਵੀ ਜਿਵੇਂ ਸਮਾਜ ਦਾ ਉੱਪਰ ਅਸ ਦੇਖਾ ਕਰਦੇ, ਬੜਾ ਅੱਜ ਕੱਲ੍ਹ ਕਰਵਟ ਬਦਲੀ ਦੀ ਹੈ ਜੀ। ਪਰਿਵਾਰ ਉਹ ਛੋਟੇ ਹੁੰਦੇ ਜ਼ਿਆਦਾ, ਪਹਿਲੇ ਵੱਡੇ ਪਰਿਵਾਰ ਇਹ ਬੜੀ ਸੇਵਾ ਹੁੰਦੀ ਸੀ ਬਜ਼ੁਰਗਾਂ ਦੀ, ਅਤੇ ਅੱਜ ਕੱਲ੍ਹ ਜਿਵੇਂ ਨਿੱਕੇ ਨਿੱਕੇ ਹੋਏ ਤੇ ਹੁਣ ਸੇਵਾ ਕੋਲਾਂ ਦੂਰ ਹਟਦੇ ਜ਼ਿਆਦਾ, ਕੋਈ ਪੁੱਛਦਾ ਵੀ ਨਹੀਂ ਰੋਟੀ ਦਾ ਗਰਾਹ ਵੀ ਬਜ਼ੁਰਗਾਂ ਹੀ ਨਹੀਂ ਭਾਈ, ਸਾਰੀਆਂ ਤਾਂ ਪੁੱਛਦੀਆਂ ਸਾਰੀਆਂ, ਮੇਰੀਆਂ ਦੋਵੇਂ ਬੜੀਆਂ ਅੱਛੀਆਂ ਹਨ, ਪੁੱਤਰ ਨੇ ਦੋਵੇਂ ਬੜੇ ਅੱਛੇ ਹਨ। ਆਪਣੀ ਆਪਣੀ ਫੈਮਿਲੀ ਉੱਪਰ ਡਿਪੈਂਡ ਕਰਦਾ, ਜਿੰਨੀਆਂ ਸੱਸ ਹੋਊਗਾ ਉਹਨੀਆਂ ਨੂੰਹਾਂ ਹੋਣੀਆਂ, ਜਿੰਨੀਆਂ ਨੂੰਹਾਂ ਹੋਣੀਆਂ ਤਾਂ ਉਹਨੀਆਂ ਸੱਸ ਹੋਣੀਆਂ। ਮਤਲਬ ਪਹਿਲੇ ਆਪਣੇ ਅੱਛੇ ਆਪੂ ਅੱਛੇ ਬਣੋ ਨਾ, ਅਤੇ ਬੱਚੇ ਵੀ ਅੱਛੇ ਹੋ ਜਾਂਦੇ। ਅਗਰ ਉਹਨੇ ਪਿਆਰ ਕਰਨਾ ਸਮਝਾਓ ਤਾਂ ਪਿਆਰ ਕਰਨਾ ਗਏ, ਉਹ ਉਹਨੇ ਮਹਿਸੂਸ ਕਰਦੇ। ਪਰ ਵੱਡੀ ਗੱਲ ਹੁੰਦੀ ਆਖਦੇ ਤੜੀ ਜੀਵ ਜਿਲ੍ਹਾ ਕੋਲ ਦੰਦੇ ਕੋਲ ਬਾਹਰ ਨਿਕਲ, ਕਦੀ ਨਿੱਕੀ ਮੁੱਟੀ ਚੱਲਦੀ, ਇੰਨੀ ਉਹ ਟੈਨਸ਼ਨ ਲੈਣੀ ਹੁੰਦੀ, ਨਿੱਕੀ ਮੁੱਟੀ ਚੱਲਦੀ ਜਿਲ੍ਹਾ ਨਿੱਕੀ ਮੁੱਟੀ ਚੱਲਦਾ ਤਾਂ ਕੋਈ ਨਾ ਕੁੰਡਾ ਬੜਾ ਖੜ ਕਰਦਾ? ਨਾ ਨਾ ਬਿਲਕੁਲ ਨਹੀਂ। ਅੱਜ ਕੱਲ੍ਹ ਵਾਲੀਆਂ ਤਾਂ ਆਖਦੀਆਂ ਇੱਕ ਵਾਰੀ ਕੁੰਡਾ ਖੜ ਕੇ ਨਹੀਂ ਤਾਂ ਦਾਜਾ ਭਾਂਡੇ ਪਹਿਲੇ ਬਾਹਰ ਕੱਢ ਲੈਂਦੇ, ਬੱਖ ਚੁੱਲ੍ਹਾ ਭੰਡ। ਨਾ ਨਾ ਬਈ, ਸਾਡਾ ਘਰ ਤਾਂ ਐਸਾ ਨਹੀਂ ਹੈ, ਮੇਰਾ ਘਰ ਤਾਂ ਬੜਾ ਸੁਰਗ ਹੈ, ਉਹੀ ਗੱਲ ਹੈ। ਪਰ ਜ਼ਮਾਨੇ 'ਚ ਐਸਾ ਹੁੰਦਾ? ਜ਼ਮਾਨੇ 'ਚ ਤਾਂ ਐਂ ਹੁੰਦਾ ਐਸਾ, ਕਈ ਵਾਰੀ ਨਾ ਘਰੇ ਵਿੱਚ ਗਏ, ਕਈ ਵਾਰੀ ਸੱਸਰੀ ਗਲਤ ਹੁੰਦੀਆਂ, ਕਈ ਵਾਰੀ ਦਾਜ, ਕਈ ਵਾਰੀ ਭੁੱਖ, ਕਈ ਵਾਰੀ ਨਸ਼ੇ, ਅੱਜ ਕੱਲ੍ਹ ਨਸ਼ੇ ਇੰਨਾ ਜ਼ਿਆਦਾ, ਨਸ਼ੇ 'ਚ ਬਹੁਤ ਬੱਚੇ ਨਸ਼ੇ ਕਰਦੇ, ਉਹ ਲੜਾਈ, ਉਹ ਮਾਂ ਕੇ ਜਿਹੜੀ ਹੁੰਦੀ ਨਾ, ਉਹ ਆਪਣੇ ਧੀ ਨਹੀਂ ਦਿਖਦੀ, ਉਹ ਨੂੰਹ ਨਹੀਂ ਦਿਖਦੀ, ਉਹ ਪੁੱਤਰੀ ਕੀ ਸਪੋਰਟ ਕਰਦੀ ਭਾਈ, ਪੁੱਤਰ 'ਚ ਪੁੱਤਰ ਠੀਕ ਹੈ ਅਤੇ ਨੂੰਹ ਗਲਤ ਹੈ, ਪਰ ਇਹ ਨਹੀਂ ਲੱਗਦਾ ਪਤਾ, ਅਤੇ ਬਗਾਨੀ ਉੱਤੇ ਵੀ ਦੁੱਖ ਲੱਗਦਾ ਇਸ ਚੀਜ਼ ਦਾ, ਕਮੀ ਆਪਣੀ ਕਮੀ, ਹਾਂ, ਅਤੇ ਉਹ ਉੱਥੇ ਗਲਤ ਹੁੰਦਾ ਨਾ, ਕਿ ਜਿਹੜੀ ਮਾਂ ਆਪਣੇ ਪੁੱਤਰੇ ਰੋਕ ਕੇ ਲੈ ਨਾ, ਕਿ ਮਾਂ ਉਹਦਾ ਹੱਥ ਹੁੰਦਾ ਸਾਰਾ ਕੁਛ, ਪੁੱਤਰ ਰੋਕਣਾ, ਦੇਖਣਾ, ਸੁਣਨਾ, ਸਭ ਕੁਛ, ਅਤੇ ਉੱਥੇ ਵੀ ਲੜੀਆਂ ਲੜਨੀਆਂ ਲੜੀਆਂ ਵੀ, ਜਿਹੜੀ ਬੱਚੀ ਬਗਾਨੀ ਆ ਰਹੀ ਹੁੰਦੀ ਉਸੀ ਦੁੱਖ ਲੱਗਿਆ, ਉਸਨੇ ਤਾਂ ਬੋਲਣਾ ਬੋਲਣਾ ਬਚਰੀਆ। ਨਸ਼ਾ ਅਤੇ ਅੱਜ ਅਸੀਂ ਦੇਖਿਆ ਕਰਨਾ, ਮਤਾ ਜ਼ਿਆਦਾ ਬਹੁਤ ਨਸ਼ਾ, ਬਹੁਤ ਨਸ਼ਾ, ਨਸ਼ਾ ਤਾਂ ਪੂਰਾ ਹਿੰਦੁਸਤਾਨ ਗਈਆਂ ਜਕੜੀਏ ਰੱਖਿਆ ਦਾ। ਅੱਜ ਅਸੀਂ ਦੇਖਿਆ ਕਰਨਾ ਕਿ ਸਾਡੇ ਹਿੰਦੁਸਤਾਨ ਪਰ ਹਮਲਾ ਵੀ ਕਰਾ ਦੇ, ਆਤੰਕਵਾਦੀ ਗਤੀਵਿਧੀਆਂ ਦੁਆਰਾ ਜਿਹੜੀਆਂ ਆਈਆਂ ਉਹ ਪਿੱਛੋਂ ਨਸ਼ੇ ਦੀ ਖੇਪ ਲਈ ਆਉਂਦੇ, ਇੱਥੇ ਵੇਚੀਏ ਪੈਸਾ ਲਈਏ ਅਤੇ ਸਾਡਾ ਪਰ ਗਿਆ, ਉਹ ਵੀ ਸਾਡੇ ਕੇ ਵਿੱਚ ਮਿਲੇ ਦੇ ਹੁੰਦੇ, ਕੋਈ ਬਾਹਰ ਦਾ ਘੱਟ ਵੀ ਆਉਂਦੇ, ਹੁਣ ਇੱਕ ਆਉਂਦਾ ਉਹਦੇ ਦਸ ਤਾਂ ਸਾਡੇ ਮਿਲੇ ਹੁੰਦੇ ਪੈਸੇ ਵਿੱਚ, ਹਰ ਦੁਨੀਆ ਨਸ਼ੇ ਵਿੱਚ ਤੋਂ ਸਾਕੋ, ਅੱਜ ਮੈਂ ਨਸ਼ੇ ਵਿੱਚ ਦੁਨੀਆ ਵਿਕਦੀ, ਸਾਰੇ ਵੀ ਵਿਕਦੇ ਉਹਦੇ ਨਾਲ। ਬਿਲਕੁਲ ਸੱਚ ਗੱਲ ਕਰਦੇ ਨੇ ਦੋਸਤੋ, ਕਿ ਸਮਾਜ ਜਿਹੜਾ ਉਹ ਅਸ ਦੇਖਿਆ ਕਰਨਾ ਕਿਹੜੀ ਪੱਖੀ ਜਾ ਕਰਦਾ ਹੈ। ਅੱਜ ਦੀ ਨੌਜਵਾਨ ਪੀੜ੍ਹੀ ਨਸ਼ੇ ਦੀ ਗ੍ਰਿਫਤ 'ਚ ਆਈ ਹੈ, ਆਪਣੇ ਦੇਸ਼ ਦਾ ਵੀ ਸੌਦਾ ਕਰ ਉੱਠਦਾ, ਜਿਹਨੇ ਅਸ ਆਤੰਕਵਾਦੀ ਦੀ ਪਾਰ ਟੱਪਦੇ ਦੇਖਣੇ ਆ, ਉਹ ਖੇਪ ਨਸ਼ੇ ਦੇ ਲਈ ਆਉਂਦੇ ਨੇ ਇੱਥੇ, ਨਸ਼ੇ ਦੀ ਜਿਹੜੇ ਨੇ ਉਹ ਉਹਦੇ ਕੋਲਾਂ ਨਸ਼ੇ ਦਾ ਜਿਹੜੇ ਧਾਤੂ ਹੈ ਉਹ ਖਰੀਦਦੇ ਨੇ, ਅਤੇ ਪਰ ਉਹ ਪੈਸਾ ਜਿਹੜਾ ਚੁੱਕੀ ਹੈ ਅਤੇ ਸਾਡੇ ਪਰ ਗੋਲੀਆਂ ਵਰਸਾਉਣੇ ਗੀ, ਉਹ ਅੱਗੇ ਆ ਜਾਂਦੇ ਨੇ। ਇਹ ਗੱਲ ਗ੍ਰਾਂ 'ਚ ਵੀ ਜਿਹੜੀ ਨਾ ਆਪਣੀ ਕਮਾਈ ਕੋਲਾਂ ਓਵਰਫਲੋ ਹੋਵੇ ਨਾ, ਮੇਰੇ ਕੋਲ ਜਿੰਨਾ ਕੁ ਮੇਰੀ ਚਾਦਰ ਹੈ ਮੈਂ ਉੱਨੀ ਵਿਛਾਵਾਂ, ਸਾਰੇ ਹੀ ਪਤਾ ਲੱਗਾ ਤੁਹਾਨੂੰ ਤਾਂ ਵੀ ਇੰਨਾ ਨਾਲ ਕੋਲ ਹੈ ਅਤੇ ਇੰਨਾ ਇਹ ਕਰੀ ਸਕਦੀ, ਜਿਹੜੇ ਮਤਲਬ ਜਗਦਮ ਚੋਰ ਦੇ ਆਪਣੇ ਬੱਚੇ ਬਚਾਈਏ ਰੱਖਾ ਦੇ ਅਗਲੇ ਬੱਚੇ ਮਾਰਾ ਦੇ। ਬਿਲਕੁਲ ਬਿਲਕੁਲ, ਜਿਹੜਾ ਮਤਾ ਪੈਸਾ ਉੱਥੋਂ ਪਤਾ ਲੱਗੀ ਜਾਂਦਾ ਵੀ ਕਿਹੜਾ ਬੰਦਾ ਕੌਣ ਹੈ ਕੈਸਾ ਹੈ। ਅਤੇ ਇੱਕ ਹੋਰ ਸੋਹਣਾ ਜਿਹਾ ਗੀਤ ਸੁਣਨੇ, ਫਿਰ ਕੁਛ ਹੋਰ ਮਨ ਟਟੋਲਣ ਦਾ ਪ੍ਰਯਾਸ ਕਰਨਾ। ਚਲੇ ਆ ਪਾੜ ਮੜੀਏ ਵੱਟ ਵਾਲੀਏ।
ਪਟਵਾਰੀ ਤੇ ਚੱਲਿਆ ਪਹਾੜ ਮੜੀਏ। ਪਹਾੜ ਤੇ ਜਾ ਕਰਦਾ ਪਟਵਾਰੀ, ਪਰ ਅਸ ਬੈਠੇ ਦੇ ਘਰ ਗੁਸਰਦਾ, ਕਿਉਂਕਿ ਸਾਨੂੰ ਲੱਭਾ ਦੇਣ ਆਪਣੇ ਸੰਸਕ੍ਰਿਤਿਕ ਜਿਹੜੇ ਧਰੋਹਰ ਹੈ ਸਾਡੇ ਲੋਕ ਗੀਤ ਪ੍ਰਾਣ। ਇਹਦੇ ਕੰਨੇ ਗੱਲ ਕਥ ਕਰਨ ਕੀ ਨਾਂ ਜੀ ਤੁਹਾਡਾ? ਮਨੀਸ਼ਾ ਸ਼ਰਮਾ। ਮਨੀਸ਼ਾ ਜੀ, ਅੱਜ ਕੱਲ੍ਹ ਤਾਂ ਪਹਿਲੇ ਜ਼ਮਾਨਾ ਸਿਰਫ ਬੰਦੇ ਗਏ ਨੌਕਰੀ ਕਰਦੇ ਅਤੇ ਪਟਵਾਰੀ ਚੱਲੀ ਜਾਂਦਾ ਨੌਕਰੀ ਦੇ ਪਿੱਛੇ, ਉਹ ਨਾਰ ਚੇਤਾ ਕਰਦੀ। ਅੱਜ ਕੱਲ੍ਹ ਨਾਰਾਂ ਵੀ ਜਾ ਕਰਦੀਆਂ, ਤਾਂ ਹੁਣ ਬੰਦੇ ਬਲਗਦੇ ਰਹਿੰਦੇ ਨੇ ਕਈ ਵਾਰੀ ਚੁੱਲ੍ਹੇ ਕੋਲ ਖੜੋਈਏ ਭਾਈ, ਸਾਡੇ ਲਈ ਆਈਡੀਆ ਇਹ ਤੱਕ ਫਰਕ ਆਈ ਦਾ ਤਬਦੀਲੀ। ਹਾਂਜੀ, ਅੱਜ ਕੱਲ੍ਹ ਜ਼ਮਾਨੇ 'ਚ ਤਾਂ ਬਹੁਤ ਫਰਕ ਆਇਆ ਦਾ ਹੈ। ਅੱਜ ਕੱਲ੍ਹ ਤਾਂ ਦੋਨੋਂ ਵਰਕਿੰਗ ਹੋਏ ਦੇ ਹੁਣ, ਇਹਦੇ ਇੱਕ ਪਾਸੇ ਇਹਦਾ ਸੁੱਖ ਵੀ ਹੈ ਅਤੇ ਇੱਕ ਪਾਸੇ ਇਹਦੀ ਥੋੜ੍ਹੀ ਪਰੇਸ਼ਾਨੀ ਵੀ ਹੋ ਜਾਂਦੀ ਫੈਮਿਲੀ ਚਲਾਉਣਾ। ਨਹੀਂ, ਵੱਡਾ ਸੁੱਖ ਇਹ ਹੈ ਕਿ ਪਹਿਲੇ ਬੰਦੇ ਦੀ ਤਾਂਘ ਲੱਗਦੀ ਸੀ ਅਤੇ ਇੱਧਰ ਆਉਂਦੇ ਚੰਕੀ ਮਾਰੀ ਮਾਰੀ ਕੁੱਲਿਆ ਵਾ ਦਾ, ਹੁਣ ਇੱਕ ਦੂਏ ਦੇ ਉਕੜਾ ਕੋਲਾ ਆਇਆ ਅਤੇ ਉਕੜਾ ਕੋਲਾ ਆਇਆ, ਦੋਨੋਂ ਟੈਲੀਫੋਨ ਪਹਿਲੇ ਪਤਾ ਲੱਗੀ ਕੋਲੇ ਵੇਲੇ ਆ ਰਹੇ ਆ। ਇੱਕ ਚੀਜ਼ ਹੈ ਖਾਸ ਕਰੀਏ, ਇੱਕ ਪਤਾ ਲੱਗਿਆ ਵੀ ਜਿਹੜੀਆਂ ਸੁੱਧ ਮਹਾਦੇਵ ਦੀਆਂ ਕੁੜੀਆਂ ਬੋਲਦੀਆਂ ਨੇ ਅਤੇ ਨੌਕਰੀ ਵੀ ਇੱਥੇ ਘਲਵਾਈ ਲੈਂਦੀਆਂ ਅਤੇ ਫਿਰ ਪਿਛੋਂ ਲਾੜੇ ਵੀ ਕੰਨੇ ਲਿਆਉਂਦੀਆਂ, ਘਰ ਬਸ ਇੱਥੇ ਵਸਾਈ ਲੈਂਦੀਆਂ। ਆਹੋ, ਸਾਰੇ ਸੁੱਧ ਮਹਾਦੇਵ 'ਚ ਬੜੇ ਸਾਰੇ ਮਤਲਬ ਕੁੜੀਆਂ ਆਈਏ ਜਿਹੀਆਂ ਕਿ ਇੱਧਰ ਮਤਲਬ ਵਿਆਹ ਦੇ ਬਾਅਦ ਵੀ ਇੱਧਰ 10-10 ਸਾਲ ਹੋਈਏ, ਸ਼ਿਵਜੀ ਭਗਵਾਨ ਚਾਹੁੰਦੇ ਕਿ ਇੱਧਰ ਆ ਜਾਣ ਨਹੀਂ ਹੈ। ਜੀਆਂ ਜੀਆਂ, ਮਾਤਾ ਕਰੋ ਨੇ ਸ਼ਿਵਜੀ ਨਹੀਂ ਜਾਣ ਦਿੱਤਾ ਇੱਥੇ ਵਸਾਈ ਲਿਆ, ਤੁਸ ਵੀ ਨਹੀਂ ਜਾਣਦੀ। ਹਾਂਜੀ ਹਾਂਜੀ, ਆਹੋ। ਅਤੇ ਜਿਹੜੀਆਂ 12 ਦਾ ਆਣੀ ਦੀਆਂ ਉਹ ਤੇ ਸਮਾਂ ਜ਼ਿਆਦਾ ਖੁਸ਼ ਹਨ ਇੱਧਰ, ਸਾਡੇ ਇੱਧਰ ਦਾ ਨਾ ਗੱਲ ਸਾਡੇ ਇੱਧਰ ਦਾ ਬੋਲ ਕੇ ਇੰਨਾ ਪਿਆਰਾ ਹੈ ਕਿ ਮਤਲਬ ਇੱਧਰ ਦਾ ਮੰਨ ਕੇ ਇੰਨਾ ਲੱਗੀ ਜਾਂਦਾ ਇਹਦਾ। ਸਹੀ ਗੱਲ। ਕੀ ਨਾਂ ਜੀ ਤੁਹਾਡਾ? ਰੋਹਿਣੀ। ਰੋਹਿਣੀ ਜੀ, ਤੁਸ ਨੂੰ ਬਣੀ ਇੱਥੇ ਆਈ ਆ, ਇਹ ਤੇ ਧਿਆਨ ਇਹਨੇ ਤੇ ਆਪਣੇ ਇਲਾਕੇ ਦੀ ਤਾਰੀਫ ਕਰਨੀ ਹੈ, ਤੁਸ ਸੱਚੋ ਸੱਚ ਦੱਸਿਓ, ਤੁਸੀਂ ਵੀ ਕੋਈ ਨੌਕਰੀ ਬਾਹਰ ਲਵਾਉਣੀ ਤੇ ਖਿੱਚਣਾ ਕਰਨੇ? ਨਹੀਂ, ਅਸੀਂ ਲਾਈ ਨਹੀਂ, ਅਸੀਂ ਇਹ ਬੜਾ ਸ਼ੈਲ ਲੱਗਿਆ, ਆਪਣਾ ਆਪਣਾ ਇਲਾਕਾ ਸਾਰੀ ਸ਼ੈਲ ਲੱਗਦਾ ਜੀ। ਜੀਆਂ ਅਸੀਂ ਆਪਣੇ ਪੇਕੇ ਪਿਆਰੇ ਨੇ, ਇਆਂ ਵੀ ਇਆਂ ਇਹਨੇ ਵੀ ਆਪਣੇ ਪੇਕੇ ਪਿਆਰੇ ਨੇ, ਤੇ ਜੀਆਂ ਇਹ ਆਪਣੇ ਸਹੁਰੇ ਘਰ ਜਾਂਦੀਆਂ ਪੀਣੇ, ਉਹ ਵਾਲਾ ਮੂਲ ਸ਼ੈਲ ਲੱਗ ਲਈ ਜਾਂਦਾ। ਪਰ ਇੱਕ ਚੀਜ਼ ਹੁੰਦੀ, ਜਿਹੜਾ ਨਨਾਣਾ ਸਿਰ ਪਰ ਬੈਠਦੀ ਹੁੰਦੀ, ਦਾੜੇ ਬੜੇ ਮਾਰਦੀ ਹੈ, ਉਹ ਲੱਤ ਨਹੀਂ ਚੁੱਭਦੀ? ਨਹੀਂ, ਸਾਡੀ ਨਨਾਣੀ ਮਾਰਦੀ ਹੈ ਦਾੜੇ। ਪਿੱਛੋਂ ਠੋਡੇ ਕਰਾ ਦੀ ਹੁਣ ਭਾਈ, ਮੈਂ ਸੱਚ ਬੋਲਿਆ? ਨਹੀਂ ਨਹੀਂ, ਐਸੀ ਗੱਲ ਨਹੀਂ ਹੈ, ਸਾਡੀ ਨਨਾਣੀ ਇਲੇ ਤਰੋਂ ਚੌਂ ਚ ਬੈਠੇ ਤੇ ਉਹ ਤਾਂ ਇਹ ਵੀ ਦਿਲ ਕੰਬਦਾ ਭਜਾਈ ਦਾ। ਨਹੀਂ, ਸਾਡਾ ਨਹੀਂ ਕੰਬਦਾ, ਬਸ ਗਲਤ ਨਹੀਂ ਸੁਣਨਾ। ਨਹੀਂ, ਸਾਡੀ ਨਨਾਣਾ ਗਲਤ ਬੋਲਦੀਆਂ, ਨਹੀਂ ਅਸ ਗਲਤ ਸੁਣਦੀਆਂ। ਪੜ੍ਹੀ ਲਿਖਦੀਆਂ ਨਾ, ਥੋੜਾ ਥੋੜਾ ਚੁੱਭੂ ਕਰਾਈ ਵੀ ਉੱਡਦੀਆਂ ਵਿੱਚ, ਤੇ ਕੋਈ ਗੱਲ ਇੰਨਾ ਨਾ ਚੱਲਦਾ ਰਹਿੰਦਾ, ਖਿਟਪਿਟ ਹੋਣੀ ਚਾਹੀਦੀ ਤਾਂ ਕਿ ਰਿਸ਼ਤੇ ਆਖਦੇ ਖਿਟਪਿਟ ਹੋਦਾ, ਪਿਆਰ ਜ਼ਿਆਦਾ ਵੱਧਦਾ, ਪਿਆਰ ਜ਼ਿਆਦਾ। ਜੀ ਜੀ, ਇੱਕ ਚੀਜ਼ ਹੋਰ ਹੈ, ਨਨਾਣ ਦਾ ਔਰ ਕੁਛ ਨਹੀਂ ਹੁੰਦਾ ਮੁਸ਼ਕਿਲ, ਜਿਹੜਾ ਨਨਾਣ ਆਉਂਦੀ ਨਾ ਘਰ ਬੈਠੇ ਦੀ, ਤੇ ਅੱਜ ਕੱਲ੍ਹ ਕੁੜੀਆਂ ਜਿਹੜੇ ਸੋਫਾ ਆਉਂਦੇ ਤਾਂ ਹੁੰਦਾ ਨਾ ਦਾਜਾ 'ਚ, ਤੇ ਜੇ ਕੋਈ ਨਨਾਣੂ ਦਾ ਬੱਚਾ ਪੈਂਦਾ ਨਾ ਲਕੀਰ ਵਾਰ ਉੱਡਿਆ ਤੇ ਭਰਜਾਈ ਗੁੱਸਾ ਉੱਡਾ ਚੜ੍ਹਦਾ, ਜੇ ਕੋਈ ਸੋਫਾ ਫੱਟਦਾ। ਅੱਜ ਕੱਲ੍ਹ ਦੇ ਬੱਚੇ ਇਹੀ ਹੋ ਜੇ, ਨਨਾਣ ਦੇ ਬੱਚੇ ਮਾਰਦੇ ਮਾਰਦੇ ਤੇ ਆਪਣੇ ਵਾਲੇ ਨਹੀਂ ਛੁੱਟਦੇ, ਆਪਣੇ ਵਾਲੇ ਵੀ ਮਾਰ ਉੱਠਦੇ, ਐਸੀ ਗੱਲ ਨਹੀਂ ਹੈ। ਆਦਤ ਬਣੀ ਦੀ ਹੁਣ ਤੁਸੀਂ ਕਿਸ ਨੂੰ? ਹਾਂ, ਹੁਣ ਆਦਤ ਹੋਈ ਦੀ ਹੁਣ, ਐਸੀ ਗੱਲ ਨਹੀਂ ਹੈ। ਬਿਲਕੁਲ ਸੱਚ ਗਲਾ ਕਰ ਦੇਣਾ ਦੋਸਤੋ ਕਿ ਅੱਜ ਜਿਹੜੀ ਸਮੇਂ ਦੀ ਤਬਦੀਲੀ ਹੈ, ਅੱਜ ਨਨਾਣ ਭਰਜਾਈ ਇੱਕ ਦੋਸਤ ਬਣੀ ਹੈ, ਆਪਣੇ ਰਿਸ਼ਤੇ ਕੀ ਨਿਭਾ ਕਰਦੀ ਹੈ। ਉਹ ਪੁਰਾਣਾ ਵੇਲਾ ਹਾ ਆਖਦੀ ਨਨਾਣ ਕੰਧਾ ਲਿਖਣੀ ਮਾਣ, ਅੱਜ ਕੱਲ੍ਹ ਨੀ ਨਨਾਣ ਨਾ ਅਤੇ ਮੇਰੇ ਖਿਆਲ ਦੋਸਤ ਬਣੀ ਹੈ, ਆਪਣੀ ਜ਼ਿੰਦਗੀ ਜੀਆ ਕਰਦੀ ਹਨ। ਕਿਸ ਲੋਕ ਤਾਂ ਡੋਗਰੀ ਬੋਲਦੇ ਸ਼ਰਮ ਮਹਿਸੂਸ ਕਰਦੇ ਨੇ, ਖਾਸ ਕਰੀ ਸ਼ਹਿਰੀ ਲੋਕ, ਪਰ ਪਹਾੜੀ ਅੱਜ ਵੀ ਫਕਰ ਮਹਿਸੂਸ ਕਰਦੇ ਨੇ। ਅਤੇ ਤੁਸੀਂ ਵੀ ਕਿਸੇ ਡੋਗਰੀ ਦੇ ਬਾਰੇ 'ਚ ਆਖਣਾ ਚਾਹੁੰਦੇ ਹੋ, ਮੇਰੇ ਖਿਆਲ 'ਚ ਤੁਸੀਂ ਕੋਈ ਕਵਿਤਾ ਵੀ ਲਿਖੀ ਦੀ ਹੈ? ਹਾਂਜੀ ਹਾਂਜੀ, ਡੋਗਰੀ ਭਾਸ਼ਾ ਇੰਨੀ ਸੋਹਣੀ ਭਾਸ਼ਾ ਹੈ ਕਿ ਜਿਹਦੇ ਮੂੰਹ 'ਚ ਚਾਰ ਸ਼ਬਦ ਨਿਕਲਣ ਤਾਂ ਇਹ ਮਨ ਕਰਦਾ ਇਹ ਬੋਲਦਾ ਕਿ ਰੋਏ, ਪਰ ਅੱਜ ਕੱਲ੍ਹ ਲੋਕਾਂ ਨੂੰ ਪਤਾ ਨਹੀਂ ਕੀ ਹੋਇਆ, ਇੰਨੀ ਸ਼ਰਮ ਮਹਿਸੂਸ ਕਰਦੇ, ਸ਼ਹਿਰ 'ਤੇ ਹੋਏ, ਗ੍ਰਾਂ 'ਚ ਵੀ ਲੋਕ ਅੱਜ ਕੱਲ੍ਹ ਬੜੀ ਸ਼ਰਮ ਕਰਦੇ ਨੇ ਡੋਗਰੀ ਬੋਲਣ 'ਚ। ਗ੍ਰਾਂਈ ਆਖਦੇ ਅਸੀਂ ਕਿਉਂ ਸ਼ਹਿਰ ਕਰਨ ਕੋਲ ਪਿੱਛੇ ਹਟ ਗਏ, ਅਸੀਂ ਸ਼ਹਿਰ ਬਣ 'ਚ। ਹਾਂ, ਅਤੇ ਬਸ ਮੇਰੀ ਵੀ ਮਤਲਬ ਇਹ ਕੋਸ਼ਿਸ਼ ਰਹਿੰਦੀ ਜਦੋਂ ਮੈਂ ਜੰਨੀ ਕੁਦੇ ਗ੍ਰਾਂ 'ਚ ਜਾਂ ਕੁਦੇ ਵੀ, ਅਤੇ ਮੈਂ ਜ਼ਿਆਦਾ ਬੱਚੇ ਕਹਿੰਦੇ ਉਹਨੇ ਆਖਣੀ ਕਿ ਹਿੰਦੀ 'ਤੇ ਬੋਲੋ, ਇੰਗਲਿਸ਼ ਵੀ ਬੋਲੋ, ਪਰ ਕੰਨੇ ਕੰਨੇ ਆਪਣੀ ਡੋਗਰੀ ਮਤ ਤੁਸੀਂ ਭੁੱਲੋ। ਅਤੇ ਇੱਕ ਮੈਂ ਇਹ ਨਿੱਕੀ ਜਿਹੀ ਇੱਕ ਦਿਨ ਬੈਠੀ ਸੀ ਅਤੇ ਮੈਂ ਆਪਣੀ ਇੱਕ ਕਵਿਤਾ ਲਿਖੀ ਦੀ, ਉਹ ਤੁਹਾਡੇ ਕੰਨੇ ਮੈਂ ਰੂਬਰੂ ਕਰਾਂਗ। ਡੁੱਗਰ ਦੀ ਮੈਂ ਭਾਸ਼ਾ ਹੈ ਅਤੇ ਡੋਗਰੀ ਮੇਰਾ ਨਾਂ, ਡੁੱਗਰ ਦੀ ਮੈਂ ਭਾਸ਼ਾ ਹੈ ਅਤੇ ਡੋਗਰੀ ਮੇਰੇ ਨਾਂ,
ਡੋਗਰੇ ਮੇਰੀ ਲੁਆਦੀ ਆਂਗੂ ਆਉਂ ਇੰਦੀ ਹੈ ਮਾਂ। ਅੱਜ ਮੇਰੇ ਦਿਨ ਐਸੇ ਆਏ ਘਰੇ ਦਾ ਮਿਗੀ ਕੱਢਣ ਲਾਇਆ। ਦੂਈਏ ਭਾਸ਼ਾ ਆਈਏ ਮੜਿਓ ਪੁੱਠ ਸਿਆਪਾ ਪਾਇਆ। ਕੁਤੇ ਨਹੀਂ ਮੇਰਾ ਅੱਜ ਥੋ ਠਿਕਾਣਾ ਕੁਤੇ ਨਹੀਂ ਮੇਰਾ ਥਾਂ। ਡੁੱਗਰ ਦੀਆਂ ਭਾਸ਼ਾ ਹੈ ਅਤੇ ਡੋਗਰੀ ਮੇਰਾ ਨਾਂ। ਡੁੱਗਰ ਦੀਆਂ ਭਾਸ਼ਾ ਹੈ ਅਤੇ ਡੋਗਰੀ ਮੇਰਾ ਨਾਂ। ਮੈਂ ਗੇ ਸਿਖਾਇਆ ਚੱਲਣਾ ਇਨੇਗੀ ਕਰਨਾ ਟੋਰੂ ਟੋਰੂ। ਮੈਂ ਗੇ ਸਿਖਾਇਆ ਚੱਲਣਾ ਇਨੇਗੀ ਕਰਨਾ ਟੋਰੂ ਟੋਰੂ। ਨਜ਼ਰਾਂ ਚ ਰਾਈ ਮੂੰਹ ਫੇਰਦੇ ਅੱਜ ਮੇਰੇ ਇਹ ਲੋੜੂ। ਨਜ਼ਰਾਂ ਚ ਰਾਈ ਮੂੰਹ ਫੇਰਦੇ ਮੇਰੇ ਅੱਜ ਇਹ ਲੋੜੂ। ਅੱਜ ਲੋਰੀਆਂ ਕੁਸੀ ਸੁਣਾ ਕੋਹਦੇ ਲੈ ਆਊਂਗਾ। ਡੁੱਗਰ ਦੀਆਂ ਭਾਸ਼ਾ ਹੈ ਅਤੇ ਡੋਗਰੀ ਮੇਰਾ ਨਾਂ। ਡੁੱਗਰ ਦੀਆਂ ਭਾਸ਼ਾ ਹੈ ਅਤੇ ਡੋਗਰੀ ਮੇਰਾ ਨਾਂ। ਮਤਲਬ ਮੇਰੇ ਮਨ 'ਚ ਇਹ ਭਾਵ ਆਇਆ ਕਿ ਉਹ ਮਾਂ ਡੋਗਰੀ ਰੋਆ ਕਰਦੀ ਹੈ ਕਿ ਅੱਜ ਮੈਂ ਕੀ ਬੋਲਣ ਵਾਲਾ, ਮੈਂ ਅੱਜ ਲੋਰੀਆਂ ਆਪਣੇ ਬੱਚੇ ਕੀ ਕੁਸੀ ਸੁਣਾਵਾਂ। ਸੱਚਮੁੱਚ ਇਹ ਲੱਗਾ ਕਰਦਾ ਅੱਜ ਕੱਲ੍ਹ ਬੱਚੇ ਨੂੰ ਮਾਵੇਂ ਕਹਿੰਦੇ ਵੀ ਪਿਆਰ ਨਹੀਂ ਰਹਿੰਦਾ ਅਤੇ ਆਪਣੀ ਮਾਤਰ ਭਾਸ਼ਾ ਕਹਿੰਦੇ ਕੁੱਥੇ ਰਹਾਉਣਾ। ਅੱਜ ਕੱਲ੍ਹ ਮਾਵਾਂ ਵੀ ਉਹ ਕਿਰਾਏ ਪਰ ਗਿਆ ਬਣਾ ਲੈਂਦੇ ਨੇ, ਬਾਹਰ ਪੜ੍ਹਨੇ ਜਾਂਦੇ ਨੇ ਅਤੇ ਕੁਦ ਉੱਥੇ ਰਿਸ਼ਤੇ ਕਰ ਲੈਂਦੇ ਨੇ ਕਈ ਵਾਰੀ, ਅਤੇ ਮਾਊ ਵੀ ਪੁੱਛਦੇ ਪਏ ਨੇ ਅਤੇ ਕੋਈ ਦੂਈ ਕੇ ਦੱਸੀ ਉੱਠਦੇ ਨੇ ਮਾਂ ਹੈ ਸਾਡੀ ਤਾਂ ਗੱਲਬਾਤ ਕਰੀ ਲੈਂਦੇ ਨੇ। ਉਹ ਹਿਸਾਬ ਹੋਇਆ ਕਰਦਾ ਕਿ ਅੱਜ ਕੱਲ੍ਹ ਦਿਖਾਵਾ ਮਤਾ ਹੈ, ਦਿਖਾਵੇ ਦੀ ਖਾਤਰ ਅਸ ਆਪਣੇ ਆਪਣਾ ਜਿਹੜੀ ਸੰਸਕ੍ਰਿਤੀ ਸਾਰੀ ਜਿਹੜੀ ਨੀਫ ਹੀ ਉਹ ਅਸ ਭੁੱਲੀ ਚੁੱਕੇ ਦੇ ਆ। ਬਿਲਕੁਲ, ਔਰ ਪ੍ਰਯਾਸ ਰੱਤ ਰਹਿਣਾ ਚਾਹੀਦਾ ਜੀ, ਤੁਸੀਂ ਕੋਸ਼ਿਸ਼ ਕਰਾ ਦਿਓ ਵੀ ਗ੍ਰਾਂ ਗ੍ਰਾਂ 'ਚ ਜੀ ਤੁਸੀਂ ਬੋਲ ਦਿਓ, ਆਖਦੇ ਵੀ ਸਾਰੇ ਬੋਲਣ। ਅਤੇ ਸਿੱਖਿਆ ਦਾ ਜੀਆਂ ਅਸੀਂ ਦੇਖਣਾ, ਸਿਕਸ਼ਕ ਜਿਹੜਾ ਉਹਦਾ ਬੜਾ ਵੱਡਾ ਰੋਲ ਹੁੰਦਾ ਕਿ ਆਪਣੇ ਸਕੂਲਾਂ ਦੇ ਵਿੱਚ ਬੱਚੇ ਗੀ ਡੋਗਰੀ 'ਚ ਗੱਲ ਕਰਿਆ। ਨਹੀਂ ਹੁਣ ਗੌਰਮੈਂਟ ਨਾ ਇੱਕ ਸਬਜੈਕਟ ਡੋਗਰੀ ਬੱਚੇ ਲਾਇਆ ਦਾ ਜਿਹਦੇ ਥਰੂ ਅਸ ਉਹਨੇ ਸਬਜੈਕਟ ਡੋਗਰੀ ਲਾਇਆ ਦਾ ਸਕੂਲ 'ਚ ਬੋਲਣ ਨਹੀਂ ਦਿੰਦੇ। ਹਾਂ ਪਰ ਇੱਕ ਪੀਰੀਅਡ ਹੁੰਦਾ ਰੱਖੇ ਦਾ ਜਿਹਦੇ 'ਚ ਫੀ ਉਹਨੇ ਮਤਲਬ ਥੋੜ੍ਹਾ ਬਹੁਤ ਨੌਲੇਜ ਡੋਗਰੀ ਦਾ ਦਿਆ ਕਰਦੇ ਨੇ। ਮੈਡਮਾਂ ਜਿਹੜੇ ਬੱਚੇ ਕਹਿੰਦੇ ਸਕੂਲ 'ਚ ਬੋਲਦੀਆਂ ਨਾ ਉਹਲਾ ਡੋਗਰੀ ਬੋਲਦੀਆਂ ਜਾਂ ਹਿੰਦੀ 'ਚ ਬੋਲਦੀਆਂ? ਨਹੀਂ, ਜਿਹੜੀ ਨਿਊ ਪਾਲਿਸੀ ਐਜੂਕੇਸ਼ਨ ਦੀ ਆਈ ਹੈ ਨਾ ਅਤੇ ਉਹਦੇ 'ਚ ਉਹਨੇ ਆਖਿਆ ਕਿ ਥਰੂ ਮਦਰ ਟੰਗ ਤੁਸੀਂ ਮਤਲਬ ਬੱਚੇ ਕੀ ਥੋੜ੍ਹਾ ਇੰਪਰੂਵ ਕਰੋ। ਹਾਂ ਬਿਲਕੁਲ ਸੱਚ ਗੱਲਾਂ ਕਰਦੇ, ਪੜ੍ਹਾਉਣਾ ਤਾਂ ਆਪਣੇ ਹੀ ਮਦਰ ਟੰਗ ਦੇ ਵਿੱਚ ਚਾਹੀਦਾ, ਪਰ ਅੱਜ ਕੱਲ੍ਹ ਹੁਣ ਮੈਡਮ ਇਹ ਵੀ ਸ਼ਰਮ ਆਉਂਦੀ ਨੇ ਡੋਗਰੀ ਬੋਲਦੇ ਹੋਏ, ਵੱਡੀ ਗੱਲ ਉਹ ਹੈ। ਚਲੋ ਪ੍ਰਯਾਸ ਹੋਣਾ ਚਾਹੀਦਾ ਅਤੇ ਦੋਸਤੋ ਇਸ ਸੰਸਕ੍ਰਿਤਿਕ ਧਰੋਹਰ ਤੁਹਾਡੇ ਤੱਕ ਪਹੁੰਚਾਉਣ ਦਾ ਹੋਰ ਪ੍ਰਯਾਸ ਕਰਨਾ। ਸੈਲੇ ਸੈਲੇ ਰੁੱਖ ਬੂਟੇ ਕੁਤੇ ਝੁੱਲਣ ਠੰਡੀਆਂ ਹਵਾਵਾਂ, ਸ਼ਹਿਰਾਂ ਵਿੱਚ ਘੁੱਟਣ ਪ੍ਰਦੂਸ਼ਣ ਦੀ, ਗ੍ਰਾਂ ਵਜਣ ਲਹਿਰਾਂ। ਦੋਸਤੋ ਮੇਰੇ ਦੇਸ਼ਾਂ ਦੇ ਸ਼ਲੈਪੇ ਦੀ ਅੱਜ ਦੀ ਕੜੀ 'ਚ ਬਸ ਇੰਨਾ ਗਿਆ। ਤੁਸੀਂ ਮੇਰੇ ਪਿੱਛੇ ਦਿਖਾ ਕਰਦਾ ਕਿੰਨਾ ਖੂਬਸੂਰਤ ਇਲਾਕਾ ਹੈ, ਇਸ ਖੂਬਸੂਰਤ ਇਲਾਕੇ ਹੀ ਦਿਖੀਏ ਮਨ ਤਾਂ ਨਹੀਂ ਕਰਦਾ, ਪਰ ਸਮੇਂ ਹੱਥੇ ਮਜਬੂਰ, ਅੱਜ ਦੀ ਕੜੀ ਅੱਜ ਦਾ ਅੰਕ ਇੱਥੇ ਗਿਆ ਸੰਪੰਨ ਕਰਨ ਦੀ ਆਸ ਤੁਹਾਡੇ ਕੋਲ ਅੱਗੇ ਚੱਲਿਆ। ਕੈਮਰਾਮੈਨ ਸੰਜੇ ਕੁਮਾਰ ਅਤੇ ਮਿਹੀ ਪ੍ਰਵੀਨ ਸ਼ਰਮਾ ਜੀ ਦਿਓ ਆ ਗਿਆ। ਜੈ ਜੰਮੂ, ਜੈ ਡੁੱਗਰ, ਜੈ ਭਾਰਤ। ਮੇਰੀ ਅੱਖੀ ਕੰਨ ਦੇਖ।